ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਸਕਾਈ 843 'ਤੇ ਸਵਾਗਤ ਹੈ ਆਪ ਜੀ ਦਾ ਸਾਡੇ ਇਸ ਖਾਸ ਪ੍ਰੋਗਰਾਮ ਪੰਜਾਬ 2017 ਦੇ ਵਿੱਚ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬੀ ਅਤੇ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਭਾਵੇਂ ਵਸਦਾ ਹੋਵੇ, ਉਸ ਨੂੰ ਪੰਜਾਬ ਦੇ ਨਾਲ ਹਮੇਸ਼ਾ ਹੀ ਦਿਲਚਸਪੀ ਰਹਿੰਦੀ ਹੈ, ਕਿਉਂਕਿ ਉਹ ਸਾਡੀ, ਜੇ ਆਪਾਂ ਕਹੀਏ ਕਿ ਉੱਥੋਂ ਦੀ ਸਾਡੀ ਜਿਹੜੀ ਮਾਂ ਧਰਤ ਹੈਗੀ ਆ, ਉਹਦੇ ਕਰਕੇ ਜਿਹੜੀ ਦਿਲਚਸਪੀ ਹਮੇਸ਼ਾ ਹੀ ਬਣੀ ਰਹਿੰਦੀ ਹੈ। ਅਤੇ ਸਾਡਾ ਪੰਜਾਬ 2017 ਪ੍ਰੋਗਰਾਮ ਦਾ ਜਿਹੜਾ ਮਕਸਦ ਹੈਗਾ, ਉਹ ਇਹੀ ਹੈਗਾ ਕਿ 2017 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਹੈਗੇ ਆ, ਉਸ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਅੱਗੇ ਆਉਣੀ ਹੈ। ਅਤੇ ਪੰਜਾਬ 2017 ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਜਰਨਲਿਸਟ ਅਵਤਾਰ ਸਿੰਘ ਜੀ, ਆਓ ਇਹਨਾਂ ਦਾ ਸਵਾਗਤ ਕਰੀਏ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਆਪ ਜੀ ਦਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਅਤੇ ਸ਼ੁਰੂਆਤ ਜਿਹੜੀ ਆਪਾਂ ਕਰਨੀ ਹੈ, ਜਿਹੜੀਆਂ ਲੇਟੈਸਟ ਸਰਗਰਮੀਆਂ ਚੱਲ ਰਹੀਆਂ ਨੇ ਜਾਂ ਅਜੋਕੇ ਆਪਾਂ ਕਿ ਹੁਣ ਲੇਟੈਸਟ ਜਿਹੜੀ ਨਿਊਜ਼ ਚੱਲ ਰਹੀ ਹੈ ਇਲੈਕਸ਼ਨ ਦੇ ਨਾਲ ਸੰਬੰਧਿਤ, ਹੁਣ ਜਿਹੜਾ ਇੱਕ ਵੱਡਾ ਆਪਾਂ ਕਹੀ ਕਿ ਹੋਇਆ ਕਾਰਨਾਮਾ ਹੋਇਆ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਨੇ ਜਿਹੜਾ ਮੈਨੀਫੈਸਟੋ ਲਾਂਚ ਕੀਤਾ, ਉਸ ਦੇ ਵਿਰੁੱਧ ਕਾਫੀ ਸਾਰੀਆਂ ਗੱਲਾਂ ਬਾਤਾਂ ਆਈਆਂ। ਪਹਿਲਾਂ ਉਹਨਾਂ ਤੋਂ ਗਲਤੀ ਹੋ ਗਈ, ਉਹਨਾਂ ਦਰਬਾਰ ਸਾਹਿਬ ਦੀ ਜਿਹੜੀ ਫੋਟੋ ਹੈ ਉਸ ਨੂੰ ਮੈਨੀਫੈਸਟੋ ਦੇ ਲਾਇਆ, ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੰਦੇ ਨੇ, ਉਹਨੇ ਇੰਨੀ ਗੱਲ ਕਹਿਤੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੈ। ਤੁਸੀਂ ਇਸ ਦੇ ਬਾਰੇ, ਤੁਹਾਡੀ ਕੀ ਇਸ ਦੇ ਬਾਰੇ ਸੋਚ ਹੈ? ਹਾਂਜੀ, ਉਹਨਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਨਵਾਂ ਤਜਰਬਾ ਆਪਣੇ ਤੌਰ 'ਤੇ ਕਰਨ ਜਾ ਰਹੀ ਹੈ ਸਿਆਸੀ ਤੌਰ 'ਤੇ। ਦਿੱਲੀ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ ਆ, ਅਤੇ ਜਿਹੜੇ ਉਹਨਾਂ ਦੀ ਪ੍ਰਮੁੱਖ ਲੀਡਰਸ਼ਿਪ ਹੈ ਉਹ ਪੰਜਾਬ ਨਾਲ ਸੰਬੰਧਿਤ ਨਹੀਂ ਹੈਗੀ। ਹਾਂਜੀ, ਅਤੇ ਉਹਨੂੰ ਹਾਲੇ ਪੰਜਾਬ ਨੂੰ ਸਮਝਣ 'ਚ ਅਤੇ ਖਾਸ ਕਰਕੇ ਸਿੱਖਾਂ ਨੂੰ ਸਮਝਣ 'ਚ ਕੁਛ ਔਖਿਆਈਆਂ ਆ ਰਹੀਆਂ ਨੇ। ਉਹ ਜਿਸ ਕਿਸਮ ਦੇ ਪੋਲੀਟੀਕਲ ਸਟਰਕਚਰ ਵਿੱਚ ਉਸਰੇ ਨੇ ਜਾਂ ਉਭਰੇ ਨੇ, ਜਾਂ ਜਿਸ ਕਿਸਮ ਦਾ ਉਹਨਾਂ ਦਾ ਵਿਕਾਸ ਹੋਇਆ, ਉਹਦੇ 'ਚੋਂ ਇਸ ਕਿਸਮ ਦੀਆਂ ਗਲਤੀਆਂ ਹੋ ਰਹੀਆਂ ਨੇ। ਅਤੇ ਉਹ ਚੱਕਰ 'ਚੋਂ ਉਹਨਾਂ ਨੇ ਆਪਣੇ ਮੈਨੀਫੈਸਟੋ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਸ ਤਰ੍ਹਾਂ ਫੋਟੋ ਲਾਈ ਹੈ, ਅਤੇ ਵੈਸੇ ਤਾਂ ਇਹ ਕੋਈ ਇੰਨਾ ਵੱਡਾ ਵੀ ਮਸਲਾ ਨਹੀਂ ਹੈਗਾ, ਕਿਉਂਕਿ ਅਕਾਲੀ ਦਲ ਵੀ ਇਸ ਤਰ੍ਹਾਂ ਹੀ ਕਰਦਾ ਰਿਹਾ। ਅਤੇ ਅਕਾਲੀ ਦਲ ਜਿੱਦਾਂ ਪੰਥ ਨੂੰ ਰਾਜਨੀਤੀ ਨਾਲ ਜੋੜਦਾ, ਮਤਲਬ ਕਿ ਧਰਮ ਨੂੰ ਇੱਕ ਬਿਲਕੁਲ ਉਹ ਰਾਜਨੀਤੀ ਦੇ ਨਾਲ ਹੀ ਜੋੜ ਕੇ ਚੱਲਦੇ ਆ। ਅਤੇ ਫਿਰ ਵੀ ਜੇ ਕਹਿ ਲਿਆ ਜਾਵੇ ਕਿਤਨਾ ਕਿਤੇ ਜੇ ਸਿੱਖ ਸੈਂਟੀਮੈਂਟ ਹਰਟਸ ਹੋਏ ਆ, ਅਤੇ ਉਹ ਇੱਕ ਹੈ ਗਲਤ ਹੈ ਵੀ ਸਿੱਖ ਸੈਂਟੀਮੈਂਟ ਹਰਟਸ ਹੁੰਦੇ ਆ, ਪਰ ਜਿਹੜੇ ਪੋਲੀਟੀਸ਼ੀਅਨਸ ਆ ਅਕਾਲੀ ਦਲ ਜਿਸ ਕਿਸਮ ਨਾਲ, ਜਾਂ ਕੁਛ ਧਾਰਮਿਕ ਸ਼ਖਸੀਅਤਾਂ ਵੀ, ਹਾਂਜੀ, ਉਹ ਉਸ ਮਸਲੇ ਨੂੰ ਚੁੱਕ ਰਹੀਆਂ ਨੇ ਜਾਂ ਉਛਾਲ ਰਹੀਆਂ ਨੇ, ਉਹਦੇ 'ਚੋਂ ਇਹ ਲੱਗਦਾ ਵੀ ਉਹਨਾਂ ਦਾ ਬੇਅਦਬੀ ਨਾਲ ਉਹਨਾਂ ਦੇ ਦਿਲ ਨਹੀਂ ਬਲੂੰਦਰੇ ਗਏ, ਅਸਲ 'ਚ ਉਹਨਾਂ ਦੇ ਸਾਰੇ ਰਾਜਨੀਤਿਕ ਮਨੋਰਥ ਨੇ। ਠੀਕ ਹੈ, ਉਸ ਨੂੰ ਉਸ ਮਸਲੇ ਨੂੰ ਉਭਾਰਨ ਪਿੱਛੇ, ਖਾਸ ਕਰਕੇ ਕੁਛ ਧਾਰਮਿਕ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਆ, ਉਹਨਾਂ ਦਾ ਮਤਲਬ ਕਿ ਇਸ ਤਰ੍ਹਾਂ ਦਾ ਮੈਂ ਮਹਿਸੂਸ ਕਰ ਰਿਹਾ ਵੀ ਉਹ ਇੱਕ ਰਾਜਨੀਤਿਕ ਮੁਫਾਦਾਂ ਨੂੰ ਲੈ ਕੇ ਕਿਸੇ ਇੱਕ ਪਾਰਟੀ ਨੂੰ ਜਿਤਾਉਣ ਦੇ ਹੱਕ 'ਚ, ਉਹਦੇ 'ਚੋਂ ਮਤਲਬ ਕਿ ਵੀ ਸਿੱਖ ਭਾਵਨਾਵਾਂ ਦਾ ਵਪਾਰ, ਸਿੱਖ ਹੰਝੂਆਂ ਦਾ ਵਪਾਰ ਕਰਨਾ ਚਾਹ ਰਹੇ ਨੇ। ਗਲਤੀ ਹੋਈ ਆ ਉਹਨਾਂ ਤੋਂ, ਅਤੇ ਉਹਨਾਂ ਨੇ ਮੇਰੇ ਖਿਆਲ ਮੰਨਿਆ ਵੀ ਹੈ ਵੀ ਅਸੀਂ 18 ਤਰੀਕ ਨੂੰ ਆ ਕੇ ਉੱਥੇ ਮਿਸਟਰ ਜਿਹੜੇ ਕੇਜਰੀਵਾਲ ਆ ਉਹ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਦਿਨ ਸੇਵਾ ਕਰਨਗੇ ਇਸ ਗਲਤੀ ਦੇ ਪਸ਼ਚਾਤਾਪ ਵਜੋਂ। ਅਤੇ ਈਵਨ ਮੀਡੀਆ ਵਿੱਚ ਵੀ ਇਹੀ ਆਇਆ, ਮੈਂ ਇੰਡੀਅਨ ਐਕਸਪ੍ਰੈਸ ਦਾ ਪੜ੍ਹ ਰਿਹਾ ਸੀ, ਈਵਨ ਇੰਗਲਿਸ਼ ਟ੍ਰਿਬਿਊਨ ਨੇ ਵੀ ਇਹੀ ਲਿਖਿਆ ਵੀ ਇਟ ਵਿਲ ਟੇਕ ਟਾਈਮ ਫੋਰ ਦੈਮ ਟੂ ਅੰਡਰਸਟੈਂਡ ਪੰਜਾਬ ਐਂਡ ਸਿੱਖ ਸਾਈਕੀ, ਮਤਲਬ ਕਿ ਉਹ ਜਿਸ ਤਰ੍ਹਾਂ ਹੌਲੀ ਹੌਲੀ ਗਰੋ ਹੋਣਗੇ, ਉਹਦੇ 'ਚੋਂ ਸਿੱਖ ਸਾਈਕੀ ਦੀਆਂ ਜਿਹੜੀਆਂ ਇਹ ਬਹੁਤ ਸਾਰੀਆਂ ਥਿਨ ਲੇਅਰਸ ਨੇ ਧਰਮ ਨਾਲ ਸੰਬੰਧਿਤ, ਇਹ ਅਸਲ 'ਚ ਜੇ ਕੋਈ ਨੋਰਮਲ ਧਾਰਮਿਕ ਬੰਦਾ ਉਹਨੂੰ ਹੋ ਸਕਦਾ ਐਡਾ ਉਹ ਨਾ ਹਰਜਾ ਪਹੁੰਚਿਆ ਹੋਵੇ, ਕਿਉਂਕਿ ਇਹ ਆਮ ਰਵਾਇਤ ਆ। ਈਵਨ ਤੁਸੀਂ ਦੇਖੋ ਵੀ ਜਦੋਂ ਜੋੜ ਮੇਲੇ ਲੱਗਦੇ ਨੇ ਜਾਂ ਸ਼ਹੀਦੀ ਮੇਲੇ ਹੁੰਦੇ ਨੇ, ਉੱਥੇ ਗੁਰੂ ਸਾਹਿਬਾਂ ਦੀਆਂ ਫੋਟੋਆਂ ਦੇ ਬਰਾਬਰ ਅਕਾਲੀ ਦਲ ਦੇ ਲੀਡਰਾਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ, ਬਿਲਕੁਲ, ਸਾਹਿਬਜ਼ਾਦਿਆਂ ਦੇ ਬਰਾਬਰ ਸੁਖਬੀਰ ਸਿੰਘ ਬਾਦਲ ਦੀ ਫੋਟੋ ਲੱਗੀ ਹੁੰਦੀ ਆ, ਪ੍ਰਕਾਸ਼ ਸਿੰਘ ਬਾਦਲ ਦੀ, ਗੁਰੂ ਗੋਬਿੰਦ ਸਿੰਘ ਦੀ ਫੋਟੋ ਦੇ ਬਰਾਬਰ, ਜਿਸ ਤਰ੍ਹਾਂ ਜਦੋਂ ਸਰਹੰਦ ਦਾ ਸਾਕਾ ਹੁੰਦਾ ਆ, ਚਮਕੌਰ ਸਾਹਿਬ ਦਾ ਜੰਗ ਦੀਆਂ ਹੁੰਦੀਆਂ ਜਾਂ ਮੁਕਤਸਰ ਸਾਹਿਬ ਦੀਆਂ ਹੁੰਦੀਆਂ। ਅਤੇ ਇੱਕ ਵਾਰ ਤਾਂ ਇਹ ਵੀ ਹੋਇਆ ਸੀਗਾ ਵੀ ਮੁਕਤਸਰ ਸਾਹਿਬ ਦਾ ਜਿਸ ਤਰ੍ਹਾਂ ਜਿਹੜਾ ਸਾਕਾ ਹੈਗਾ 40 ਮੁਕਤਿਆਂ ਦੀ ਸ਼ਹਾਦਤ ਦਾ, ਹਾਂਜੀ, ਅਤੇ ਉਹਦਾ ਇੱਕ ਪੋਸਟਰ ਲੱਗਿਆ ਹੋਇਆ ਸੋਸ਼ਲ ਮੀਡੀਆ 'ਤੇ ਆਇਆ ਸੀ ਵੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਪ੍ਰਣਾਮ, ਥੱਲੇ ਅਕਾਲੀ ਦਲ ਦਾ ਇੱਕ MLA ਉੱਥੋਂ, ਉਹ ਸ਼ਰਾਬ ਦਾ ਠੇਕੇਦਾਰ ਹੈ। ਅੱਛਾ ਜੀ, ਜਾਣੀ ਉਹਨੇ ਇਹ ਨਹੀਂ ਲਿਖਿਆ ਵੀ ਮੈਂ ਆਪਣਾ ਨਾਂ, ਉਹਨੇ ਲਿਖਿਆ ਸ਼ਰਾਬ ਦਾ ਠੇਕੇਦਾਰ ਫਰੀਦਕੋਟ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ ਮਤਲਬ ਕਿ ਉੱਪਰ ਸਾਹਿਬਜ਼ਾਦਿਆਂ ਦੀ ਆ, 40 ਮੁਕਤਿਆਂ ਦੀ ਆ, ਗੁਰੂ ਸਾਹਿਬ ਦੀ ਫੋਟੋ ਲਾਈ ਹੋਈ ਆ, ਥੱਲੇ ਧੰਨਵਾਦ ਸਾਹਿਤ ਲਿਖਿਆ ਹੋਇਆ ਵੀ ਸ਼ਰਾਬ ਦਾ ਠੇਕੇਦਾਰ ਮੁਕਤਸਰ ਸਾਹਿਬ। ਅਤੇ ਇਹਦੇ ਪਿੱਛੇ ਆਪਾਂ ਜੇ ਕਹੀਏ ਕਿ ਇਸ ਟਾਈਮ ਜਿੱਦਾਂ ਹੁਣ ਆਪਾਂ ਦੇਖੀਏ ਕਾਫੀ ਸਾਰੀਆਂ ਸੰਸਥਾਵਾਂ, ਧਾਰਮਿਕ ਸੰਸਥਾਵਾਂ ਵੀ ਅੱਗੇ ਆਈਆਂ ਜਾਂ ਉਹਨਾਂ ਨੇ ਵੀ ਕਿਹਾ ਕਿ ਇਹ ਚੀਜ਼ ਗਲਤ ਹੋਈ ਆ, ਅਤੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਾਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ, ਉਦੋਂ ਇਹ ਸੰਸਥਾਵਾਂ ਕਿਉਂ ਨਹੀਂ ਇੰਨੀਆਂ ਅੱਗੇ ਆਉਂਦੀਆਂ? ਹਾਂਜੀ, ਉਹੀ ਮੈਂ, ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਧਾਰਮਿਕ ਸ਼ਖਸੀਅਤਾਂ ਨੂੰ ਜਿਹੜਾ ਆਪਣਾ ਕੱਦ ਹੈਗਾ ਨਾ, ਆਪਣਾ ਸੈਲਫ ਰਿਸਪੈਕਟ ਹੈਗੀ ਆ, ਜਿਹੜੀ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ 'ਤੇ ਉਹਨਾਂ ਦਾ ਸਤਿਕਾਰ ਹੈਗਾ ਸਮਾਜ ਵਿੱਚ ਜਾਂ ਸਿੱਖ ਕੌਮ ਵਿੱਚ, ਉਹਨਾਂ ਨੂੰ ਮਤਲਬ ਕਿ ਨੀਵੇਂ ਪੱਧਰ 'ਤੇ ਜਾ ਕੇ ਨਹੀਂ ਜਿਸ ਤਰ੍ਹਾਂ ਇਸ ਕਿਸਮ ਦੀ ਰਾਜਨੀਤੀ ਵਿੱਚ ਉਲਝਣਾ ਚਾਹੀਦਾ। ਜਦੋਂ ਵੀ ਗੁਰੂ ਸਾਹਿਬ ਦੇ ਸਤਿਕਾਰ ਦੀ, ਸਿੱਖ ਕੌਮ ਦੇ ਸਤਿਕਾਰ ਦੀ ਜਾਂ ਸਿੱਖ ਕੌਮ ਦੀਆਂ ਰਵਾਇਤਾਂ ਮਾਨਤਾਵਾਂ ਸੰਬੰਧੀ ਕੋਈ ਵੀ ਕਿਸੇ ਪਾਸਿਓਂ ਵੀ
चाहे कोई भी राजनीतिक दल हैगा, जे वह गलती करता तो धार्मिक शख्सियतों नूं अपने गुरु नाल प्रतिबद्धता रखनी चाहिए है, ना कि अपने सियासी गुरुआं दे मतलब के हाथ ठोक के बन के चलना चाहिए। गुरु साहब का सत्कार होना चाहिए, सियासी लीडरां का सत्कार नहीं। सियासी लीडर तो टके टके दे बंदे ने, तो कीड़े मकौड़े ने, यानी इन्हां अपने सत्कार बारे या अपनी सैल्फ रिस्पैक्ट बारे कोई भी जिदा अवेयरनैस नहीं होंगी। घट्टो घट सानू गुरु साहब का सत्कार आ जिहड़ा साडे लई, गुरु साहब तो बिना, पंजाब तो बिना, श्री गुरु ग्रंथ साहिब दे दसां गुरुआं तो बिना, सिख इतिहास तो बिना, सिख शहीदां तो बिना कोई भी कुछ भी सत्कार योग नहीं हैगा। पंजाब की धरती साडे लई सत्कार योग आ, बाकी हिंदुस्तान हो सकदा साडे लई सत्कार योग ना होवे। इस लई पंजाब लई जिस तरह या गुरु साहिब लई जिहड़ी धार्मिक शख्सियतां, उहनां नूं इस तरह का वतीरा अपनाउणा चाहीदा बई उह धार्मिक तौर ते ही चेतनता लियाउण, धार्मिक प्रचार राहीं या जिहड़ा सिक्खी का प्रचार आ, सिख शहीदां दीआं कुरबानियां उस अपनी सरगर्मियां नूं उह राजनीतिक जिहड़ा गंदला पाणा राजनीति दे टोभे विच ना सुट्टण। जिस तरह बिल्कुल जी, तो असीं भी यही उम्मीद करांगे कि आने वाले टाइम दे विच शायद इहो जिहा कुछ होवे कि जिहड़ा जमीर है वह ना मरे, तो जमीर जिहड़ी आ जागदी रहे। तो अवतार सिंह जी, तुसीं गल कीती चापलूसी की, जे आपां चापलूसी की हद कह लीए जां इदां हो जांदा पिछे, जे जिवें कि आपां नूं पता 300 साल शहीदी दिवस मनाया गया बाबा बंदा सिंह बहादुर होणां दा दिल्ली दे विच, ते उस दे विच सत्कारयोग प्रकाश सिंह बादल होणां ने जिहड़े लफ्ज़ वरते नरेंद्र मोदी जी बहादुर, की इस तरह के लफ्ज़ वरतने चाहिए ने, कि उन्होंने इस चीज़ का हक हैगा कि वह एक टाइटल जिहड़ा दे सकते हैं। इतना जी हुण जे तुसीं प्रकाश सिंह बादल का समुचा जीवनी देखो, हमेशा ही ये इस चक्कर चो निकलते रहे हैं भी गलतियाँ एक अद्धी गलती नहीं है, मतलब कि तुसीं 50 साल के समुचे सियासी जीवन च ही देख लो भी वह वार बार मतलब कि उन्होंने असल च ये गल जी आउंदी आ भी मतलब कि सिक्खी का एक तरह नाल मजाक उड़ाउण दा पता नहीं उन्हां नूं उही एक आदत ही पै गई हुई है या किदां भी इस तरह इन्ना वड्डा सिंह सूरमा जिन्हें खालसा राज दे झंडे गड्डे होण ते गुरु साहिब जिहड़े जालम सरकारां सी उन्हां दे खिलाफ जंग लड़ी होवे ते तुसीं अपने एक कुछ राजसी फायदियां लई सानूं पता लग्गिया भी उन्हां दी जिहड़ी नूंह हैगी है बीबी हरसिमरत कौर, हांजी, उहदी गद्दी नूं कुछ खतरा सीगा पिछले दिनां दौरान जदों ਉਹ ਰੀਸ਼ਫਲ ਹੋਇਆ ਕੈਬਨਿਟ ਦਾ। ਬਿਲਕੁਲ, ਅਤੇ ਉਸ ਚੱਕਰ 'ਚੋਂ ਮੇਰੇ ਖਿਆਲ ਉਹਨਾਂ ਨੇ ਉਹ ਤੋਂ ਪਹਿਲਾਂ ਹੀ ਕਿਉਂਕਿ ਉਹ ਪ੍ਰੋਗਰਾਮ ਹੋਇਆ ਰੀਸ਼ਫਲ ਤੋਂ ਪਹਿਲਾਂ। ਅਤੇ ਇਸ ਤਰ੍ਹਾਂ ਅਸੀਂ ਨਹੀਂ ਚਾਹੁੰਦੇ ਵੀ ਮਤਲਬ ਕਿ ਬਾਦਲ ਸਾਹਿਬ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਉਹ ਕਰਨ ਵੀ ਇਹ ਬਹੁਤ ਨੀਵੇਂ ਪੱਧਰ ਦੀ ਰਾਜਨੀਤੀ ਆ। ਇਹ ਏਡੀ ਵੱਡੀ ਧਾਰਮਿਕ ਸ਼ਖਸੀਅਤ ਨੂੰ ਇੱਕ ਛੋਟੇ ਜਿਹੇ ਪ੍ਰਧਾਨ ਮੰਤਰੀ ਦੇ ਬਰਾਬਰ ਲੈ ਕੇ ਆਉਣਾ, ਮਤਲਬ ਕਿ ਭਾਈ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕਦ ਹੈਗਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਹੈਗਾ। ਇਸ ਲਈ ਉਹਨੂੰ ਕਿਸੇ ਇਸ ਕਿਸਮ ਦੇ ਬੰਦਿਆਂ ਨਾਲ ਉਹਦੀ ਤੁਲਨਾ ਦੇਣੀ ਮਤਲਬ ਕਿ ਇਹ ਤਾਂ ਇਹ ਹੱਦਾਂ ਪਾਰ ਕਰਨ ਵਾਲੀ ਗੱਲ ਆ ਵੀ ਕਈ ਵਾਰ ਮੁੜ ਕੇ ਇਹ ਹੋ ਸਕਦਾ ਵੀ ਕਿਸੇ ਨੂੰ ਉਹ ਗੁਰੂ ਗੋਬਿੰਦ ਸਿੰਘ ਦਾ ਖਿਤਾਬ ਵੀ ਨਾ ਦੇ ਦੇਣ ਕਿਤੇ, ਮਤਲਬ ਕਿ ਇਹ ਹੈ ਨਾ ਵੀ ਜਿਹੜਾ ਗੁਰੂਆਂ ਦਾ ਸਤਿਕਾਰ ਆ ਜਿਹੜੀ ਆਪਾਂ ਹੁਣ ਗੱਲ ਕਰ ਹੀ ਰਹੇ ਹਾਂ ਵੀ ਜਿਹੜੇ ਰਾਜਨੀਤਿਕ ਮੁਫਾਦਾਂ ਲਈ ਨਹੀਂ ਧਰਮ ਨੂੰ ਵਰਤਣਾ ਚਾਹੀਦਾ, ਧਰਮ ਆ ਜਿਹੜਾ ਰਾਜਨੀਤੀ ਨੂੰ ਚਲਾਉਣੀ ਚਾਹੀਦੀ ਆ। ਹੁਣ ਅਸਲ 'ਚ ਗਲਤ ਉਲਟ ਹੋ ਰਹੀ ਆ ਵੀ ਰਾਜਨੀਤੀ ਧਰਮ ਨੂੰ ਚਲਾ ਰਹੀ ਆ। ਸਾਰੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਪੋਲੀਟੀਸ਼ੀਅਨਸ ਦੇ ਕਬਜ਼ੇ 'ਚ ਆਈ ਹੋਈ ਆ। ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਬਣੇ ਹੋਏ ਨੇ ਉਹ ਇੰਨੇ ਹਲਕੀ ਪੱਧਰ ਦੇ ਲੋਕ ਨੇ, ਉਹ ਪੂਰੀ ਤਰ੍ਹਾਂ ਰਾਜਨੀਤੀਵਾਨ ਨੇ। ਧਰਮ ਦਾ, ਰੂਹਾਨੀਅਤ ਦਾ, ਸਪਿਰਚੁਐਲਿਟੀ ਕਦੇ ਵੀ ਉਹਨਾਂ ਦੇ ਚਿਹਰਿਆਂ 'ਤੇ ਨਹੀਂ ਝਲਕਦੀ। ਮੈਨੂੰ ਤਾਂ ਲੱਗਦੀ ਵੀ ਜੇ ਬਹੁਤੇ ਤਾਂ ਅੰਮ੍ਰਿਤਧਾਰੀ ਵੀ ਹੈ ਨਹੀਂ, ਜੇ ਅੰਮ੍ਰਿਤਧਾਰੀ ਹੈ ਵੀ ਨਹੀਂ ਤਾਂ ਉਹ ਪਤਾ ਨਹੀਂ ਕਿਸ ਕਿਸਮ ਦੀਆਂ ਕਾਰਵਾਈਆਂ 'ਚ ਸ਼ਾਮਿਲ ਨੇ। ਇਸ ਲਈ ਇਹ ਸਾਰਾ ਜਿਹੜਾ ਪੰਜਾਬ ਦੇ ਸਿਚੁਏਸ਼ਨ ਆ, ਖਾਸ ਕਰਕੇ ਸਿੱਖ ਸੈਂਟੀਮੈਂਟਸ ਆ ਜਿਹੜੇ, ਉਹਦੇ 'ਚੋਂ ਸਪਿਰਚੁਐਲਿਟੀ ਜਿਹੜੀ ਘੱਟ ਰਹੀ ਆ ਅਤੇ ਆਪਣੇ ਸਿਰਫ ਰਾਜਨੀਤੀ ਨੂੰ ਹੀ ਪ੍ਰਮੁੱਖ ਰੱਖਿਆ ਜਾ ਰਿਹਾ ਹੈ। ਅਤੇ ਰਾਜਨੀਤੀ ਨੂੰ ਸਿੱਖ ਇਤਿਹਾਸ ਵਿੱਚ ਜਾਂ ਸਿੱਖ ਪਰੰਪਰਾਵਾਂ ਵਿੱਚ ਕਦੇ ਵੀ ਇੰਨੀ ਪ੍ਰਮੁੱਖਤਾ ਨਹੀਂ ਦਿੱਤੀ ਗਈ ਅਤੇ ਸਿੰਘਾਂ ਨੇ ਤਾਂ ਜੁੱਤੀ ਦੀ ਨੋਕ 'ਤੇ ਠੁਕਰਾ ਦਿੱਤੀਆਂ ਹੋਈਆਂ ਰਾਜਨੀਤੀਆਂ। ਤੁਹਾਨੂੰ ਸਿੱਖ ਪਰੰਪਰਾਵਾਂ, ਸਿੱਖ ਗੁਰੂ ਸਾਹਿਬ ਦਾ ਸਤਿਕਾਰ, ਸਿੱਖ ਸ਼ਹੀਦਾਂ ਦਾ ਸਤਿਕਾਰ, ਉਹ ਕੋਈ ਵੀ ਪਾਰਟੀ ਹੈ, ਚਾਹੇ ਬਾਦਲ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਵਾਲੇ ਆ ਜਾਂ ਜਿਹੜੇ ਕਾਂਗਰਸ ਵਾਲੇ ਆ, ਸਾਰਿਆਂ ਨੂੰ ਸਿੱਖੀ ਦਾ ਸਤਿਕਾਰ ਆ ਜਿਹੜਾ ਉਹ ਕਰਨਾ ਚਾਹੀਦਾ, ਇਹਨੂੰ ਆਪਣੇ ਰਾਜਨੀਤਿਕ ਮੁਫਾਦਾਂ ਲਈ ਨਹੀਂ ਵਰਤਣਾ ਚਾਹੀਦਾ। ਬਿਲਕੁਲ ਜੀ, ਅਤੇ ਸਮੇਂ 'ਤੇ ਜਿਹੜੀਆਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿ ਜੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਠੇਸ ਪਹੁੰਚਾਉਣ ਵਾਲੇ ਕੰਮ ਉਹ ਜ਼ਿਆਦਾ ਕੀਤੇ ਜਾਂਦੇ ਨੇ, ਜ਼ਿਆਦਾ ਤੋਂ ਜ਼ਿਆਦਾ ਰਾਜਨੀਤੀ ਵਾਲੇ ਕਰਦੇ ਨੇ। ਅਤੇ ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਵੀ ਲਾਂਚ ਕੀਤਾ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ 25 ਲੱਖ ਦੇ ਕਰੀਬ ਜਿਹੜੀਆਂ ਨੌਕਰੀਆਂ ਉਹ ਪੰਜਾਬ ਦੇ ਵਿੱਚ ਕੀਤੀਆਂ ਜਾਣੀਆਂ। ਕੀ ਇੰਨੀਆਂ ਨੌਕਰੀਆਂ ਜਿਹੜੀਆਂ ਦੇਣੀਆਂ ਉਹ ਪੋਸੀਬਲ ਹੈਗਾ ਪ੍ਰੈਕਟੀਕਲ ਰੂਪ ਦੇ ਵਿੱਚ?
ਵੈਸੇ ਤਾਂ ਜੇ ਜੇ ਕੋਈ ਵਿਜ਼ਨਰੀ ਲੀਡਰਸ਼ਿਪ ਹੋਵੇ ਨਾ ਪੰਜਾਬ ਕੋਲ, ਹਾਂਜੀ, ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਇਹ ਕੋਈ ਇੰਪੋਸੀਬਲ ਹੈਗਾ। ਹੋ ਸਕਦਾ 25 ਲੱਖ ਉਹਨਾਂ ਦਾ ਜ਼ਿਆਦਾ ਫਿਕਰਾ ਹੋ, ਕਹਿੰਦੇ ਵੀ ਹਰ ਸਾਲ ਅਸੀਂ 5 ਲੱਖ ਜੋਬਸ ਆ, ਉਹ ਜੋਬਸ ਇਸ ਤਰ੍ਹਾਂ ਨਹੀਂ ਹੈਗਾ ਵੀ ਮਤਲਬ ਕਿ ਉਹਨਾਂ ਨੇ ਸਰਕਾਰੀ ਮਹਿਕਮਿਆਂ 'ਚ ਕੋਈ ਜੋਬਸ ਦੇਣੀਆਂ ਨੇ। ਹਾਂਜੀ, ਉਹਨਾਂ ਨੇ ਖੇਤੀ ਦਾ ਇੱਕ ਪ੍ਰੋਜੈਕਟ ਲੈ ਕੇ ਆਏ ਆ ਮਿਸਟਰ ਕੰਵਰ ਸੰਧੂ ਜਿਹੜੇ ਪੱਤਰਕਾਰ ਨੇ, ਉਹਨਾਂ ਨੇ ਸਾਰੇ ਪੰਜਾਬ 'ਚ ਜਿਸ ਤਰ੍ਹਾਂ ਜਿਹੜਾ ਜਿਹੜਾ ਸਰਵੇ ਕੀਤਾ ਆਪਣੇ ਤੌਰ 'ਤੇ ਬੋਲਦਾ ਪੰਜਾਬ ਦੇ ਨਾਂ 'ਤੇ, ਉਹ ਅਸਲ 'ਚ ਉਹਨਾਂ ਕੋਲ ਹੁਣ ਹੈ ਬਹੁਤ ਵੱਡਾ ਕੰਮ ਇਹ ਜੇ ਕਿਤੇ ਉਹ ਕਰ ਜਾਣ ਤਾਂ, ਵੀ ਉਹ ਇੱਕ ਵਿਜ਼ਨ ਲੈ ਕੇ ਆਇਆ। ਮੈਂ ਇੱਕ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਉਹ ਕਹਿੰਦੇ ਵੀ ਅਸੀਂ ਪੰਜਾਬ ਵਿੱਚ ਦੁੱਧ ਦੀਆਂ ਨਦੀਆਂ ਵਹਾ ਸਕਦੇ ਹਾਂ, ਵੀ ਪੰਜਾਬ ਦੇ ਕਿਸਾਨ ਨੂੰ ਇਸ ਕਣਕ ਅਤੇ ਝੋਨੇ ਵਾਲੇ ਚੱਕਰ 'ਚੋਂ ਕੱਢ ਕੇ ਦੁੱਧ ਵਾਲੇ ਚੱਕਰ 'ਚ, ਮਤਲਬ ਕਿ ਡੇਅਰੀ ਫਾਰਮਿੰਗ ਦਾ ਇੰਨਾ ਵੱਡੇ ਪੋਟੈਂਸ਼ੀਅਲਸ ਹੈਗੇ ਨੇ ਪੰਜਾਬ ਵਿੱਚ, ਵੀ ਜੇ ਉਹ ਕ੍ਰੀਏਟ ਹੋ ਜਾਣ, ਉਹ ਕਹਿੰਦੇ ਵੀ ਹਰ ਪਿੰਡ ਵਿੱਚ ਚਿਲਿੰਗ ਸੈਂਟਰ ਲਗਾਇਆ ਜਾ ਸਕਦਾ। ਹੁਣ ਹਰ ਪਿੰਡ ਵਿੱਚ ਬਹੁਤ ਸਾਰਾ ਦੁੱਧ ਹੁੰਦਾ, ਉਹ ਦੁੱਧ ਜਾਂ ਤਾਂ ਵਿਚਾਰੇ ਦੁੱਧ ਹੀ ਸ਼ਹਿਰਾਂ 'ਚ ਵੇਚਦੇ ਨੇ। ਹੁਣ ਐਡੇ ਵੱਡੇ ਮੈਟਰੋਪੋਲੀਟਨ ਸ਼ਹਿਰ ਹੈਗੇ ਆ ਪੰਜਾਬ ਵਿੱਚ, ਲੁਧਿਆਣੇ ਵਿੱਚ ਕਿੰਨੀ ਦੁੱਧ ਦੀ ਖਪਤ ਹੈ, ਪਟਿਆਲਾ, ਜਲੰਧਰ, ਅੰਮ੍ਰਿਤਸਰ ਸਾਹਿਬ, ਜਾਂ ਜਿਹੜੇ ਹੋਰ ਵੀ ਵੱਡੇ ਜਾਂ ਵੱਡੇ ਜਾਂ ਛੋਟੇ ਸ਼ਹਿਰ ਨੇ ਜਿਹੜੇ, ਅਤੇ ਉਹ ਤੋਂ ਬਿਨਾਂ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਦੁੱਧ ਐਕਸਪੋਰਟ ਹੋ ਸਕਦਾ। ਹੁਣ ਸਾਡੇ ਜਿਹੜੇ ਪੋਟੈਂਸ਼ੀਅਲਸ ਆ ਨਾ, ਉਹ ਜਾਇਆ ਹੋ ਰਹੇ ਨੇ, ਲੋਕ ਹੁਣ ਮੱਝਾਂ ਗਾਵਾਂ ਰੱਖਣ ਤੋਂ ਇਸੇ ਕਰਕੇ ਦੂਰ ਹੋ ਰਹੇ ਨੇ ਵੀ ਇਹਦੇ 'ਚ ਕੋਈ ਸੰਭਾਵਨਾਵਾਂ ਨਹੀਂ ਹੈਗੀਆਂ। ਜਦੋਂ ਤੁਸੀਂ ਮਿਲਕ ਪ੍ਰੋਡਕਟਸ ਬਣਾਓਗੇ, ਹੁਣ ਹੌਲੈਂਡ ਹੈ ਆਪਣੇ ਲਾਗੇ, ਹੌਲੈਂਡ ਹੈ ਉਹ ਮਿਲਕ ਪ੍ਰੋਡਕਟਸ ਦਾ ਬਾਦਸ਼ਾਹ ਮੰਨਿਆ ਜਾਂਦਾ, ਪੂਰੇ ਗਲੋਬ ਨੂੰ ਜਿਸ ਤਰ੍ਹਾਂ ਉਹ ਮਿਲਕ ਪ੍ਰੋਡਕਟਸ ਆ ਜਿਹੜੇ ਐਕਸਪੋਰਟ ਕਰਦਾ। ਹਾਂਜੀ, ਪੰਜਾਬ ਵਿੱਚ ਸੰਭਾਵਨਾਵਾਂ ਹੈਗੀਆਂ ਨੇ ਫੂਡ ਪ੍ਰੋਸੈਸਿੰਗ ਦੀਆਂ ਅਤੇ ਮਿਲਕ ਪ੍ਰੋਸੈਸਿੰਗ ਦੀਆਂ, ਜੇ ਉਹਨਾਂ ਕੋਲ ਵੱਡੀ ਵਿਜ਼ਨ ਹੈਗੀ ਹੈ, ਮੈਨੂੰ ਨਹੀਂ ਪਤਾ ਵੀ ਹਾਲੇ ਉਹ ਕਿਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਨੇ ਡੀਪਲੀ, ਜੇ ਇਸ ਲੈਵਲ 'ਤੇ ਉਹ ਕਵਰ ਕਰ ਸਕਦੇ ਨੇ ਤਾਂ ਮੈਨੂੰ ਲੱਗਦਾ ਵੀ ਮਤਲਬ ਕਿ ਉਹ ਨੌਕਰੀਆਂ ਜਾਂ ਉਹ ਸੈਲਫ ਇੰਪਲਾਇਮੈਂਟ ਕ੍ਰੀਏਟ ਕਰਨਗੇ। ਉਹ ਕਹਿੰਦੇ ਸੀ ਵੀ ਅਸੀਂ ਸੈਲਫ ਇੰਪਲਾਇਮੈਂਟ ਕ੍ਰੀਏਟ ਕਰ ਸਕਦੇ ਹਾਂ, ਤਾਂ ਨਾ ਕਿ ਸਰਕਾਰੀ ਨੌਕਰੀਆਂ 'ਚ ਝਾਕਣ ਵਾਲ ਜਿਸ ਤਰ੍ਹਾਂ ਹੋ ਸਕਦਾ। ਅਤੇ ਆਪਾਂ ਜੇ ਅਵਤਾਰ ਸਿੰਘ ਦੀ ਗੱਲਬਾਤ ਕਰੀਏ ਕਿ ਪਿਛਲੇ ਕਾਫੀ ਸਮੇਂ ਤੋਂ ਵਾਰ ਵਾਰ ਹੀ ਜਿੱਦਾਂ ਰੌਲਾ ਜਿਹਾ ਪਾਇਆ ਜਾ ਰਿਹਾ ਜਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਵਿਕਾਸ ਹੋਇਆ, ਪੰਜਾਬ ਦੇ ਵਿੱਚ ਜ਼ਮੀਨੀ ਪੱਧਰ 'ਤੇ ਵਿਕਾਸ ਹੋਇਆ ਜਾਂ ਫੈਕਟਰੀਆਂ ਦਾ ਵਿਕਾਸ ਹੋਇਆ, ਕੀ ਸੋ ਕੋਲਡ ਵਿਕਾਸ ਹੋਇਆ? ਜਿਹੜਾ ਇਹ ਹੈਗਾ ਜੀ, ਵਿਕਾਸ ਲਈ ਤੁਹਾਨੂੰ ਇਹ ਹੁੰਦਾ ਆ, ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਲੀਡਰਸ਼ਿਪ ਦੀ ਵਿਜ਼ਨ ਚਾਹੀਦੀ ਹੁੰਦੀ ਆ, ਉਹਦਾ ਆਪਣੀ ਧਰਤੀ ਨਾਲ ਪਿਆਰ ਹੋਣਾ ਚਾਹੀਦਾ, ਉਹਨੂੰ ਇਹ ਮਹਿਸੂਸ ਹੋਣਾ ਚਾਹੀਦਾ ਵੀ ਸਾਡੇ ਪੁਰਖਿਆਂ ਨੇ, ਸਾਡੇ ਵੱਡੇ ਵਡੇਰਿਆਂ ਨੇ, ਸਾਡੇ ਸ਼ਹੀਦਾਂ ਨੇ ਇੱਥੇ ਬਹੁਤ ਕੁਰਬਾਨੀਆਂ ਕਰਕੇ ਇਸ ਧਰਤੀ ਨੂੰ ਬਚਾਇਆ ਹੈਗਾ, ਅਤੇ ਅਸੀਂ ਇਸ ਧਰਤੀ ਲਈ ਕੁਛ ਨਾ ਕੁਛ ਕਰਕੇ ਜਾਣਾ। ਜਿਹੜੇ ਲੀਡਰ ਦੇ ਮਨ ਵਿੱਚ, ਰਾਜਨੀਤਿਕ ਲੀਡਰ ਦੇ ਮਨ ਵਿੱਚ ਆਪਣੇ ਪੁਰਖਿਆਂ ਲਈ, ਆਪਣੇ ਧਰਮ ਲਈ, ਆਪਣੇ ਗੁਰੂਆਂ ਲਈ ਸਤਿਕਾਰ ਨਹੀਂ, ਫਿਰ ਉਹ ਵਿਕਾਸ ਦੇ ਜਿੱਦਾਂ ਅਖਬਾਰਾਂ ਵਿੱਚ ਦਾਅਵੇ ਤਾਂ ਕਰ ਸਕਦਾ, ਪਰ ਉੱਦਾਂ ਵਿਕਾਸ ਵਾਲੀ ਕੋਈ ਗੱਲ ਨਹੀਂ। ਹਾਂ, ਉਹਨਾਂ ਨੇ ਜਿਹੜੀ ਫੰਡਿੰਗ ਕੇਂਦਰ ਤੋਂ ਆਉਂਦੀ ਆ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਯੂਟੀਲਾਈਜ਼ ਵੀ ਹੋਈ ਆ, ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਮਤਲਬ ਕਿ ਬਿਲਕੁਲ ਨਹੀਂ ਹੋਇਆ। ਕੁਛ ਸੜਕਾਂ ਵਗੈਰਾ ਜਿਸ ਤਰ੍ਹਾਂ ਨਵੀਆਂ ਬਣਾਈਆਂ ਗਈਆਂ ਨੇ, ਜਾਂ ਕੁਛ ਪਿੰਡਾਂ ਦੀਆਂ ਗਲੀਆਂ ਵਗੈਰਾ ਜਿਸ ਤਰ੍ਹਾਂ ਹੋਈਆਂ ਹੋਣਗੀਆਂ, ਪਰ ਸਮੁੱਚੇ ਤੌਰ 'ਤੇ ਹਾਲੇ ਵੀ ਪੰਜਾਬ ਬਹੁਤ ਪਛੜਿਆ ਹੋਇਆ। ਜਿਹੜੀਆਂ ਬੇਸਿਕ ਫੈਸਿਲਿਟੀਜ਼ ਆ ਉਹ ਤੋਂ ਵੀ ਪੰਜਾਬ ਪਛੜਿਆ ਹੋਇਆ ਪਿੰਡਾਂ ਵੀ। ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਹਰ ਰੋਜ਼ ਹੀ ਨਵੀਆਂ ਮਤਲਬ ਕਿ ਫੋਟੋਆਂ ਲੋਕ ਪਾਉਂਦੇ ਨੇ, ਆ ਪਿਛਲੇ ਦਿਨੀ ਬਾਰਿਸ਼ ਹੋਈ ਆ, ਭਵਾਨੀਗੜ੍ਹ ਦੇ ਲੋਕਾਂ ਨੇ ਸਰਕਾਰੀ ਹਸਪਤਾਲ ਦੇ ਮੂਹਰੇ ਗੋਡੇ ਗੋਡੇ ਪਾਣੀ ਖੜ੍ਹਾ ਸੀ, ਅਤੇ ਉੱਥੇ ਉਹ ਜੀਰੀ ਲੈ ਕੇ ਖੜ੍ਹੇ ਨੇ, ਕਹਿੰਦੇ ਅਸੀਂ ਜੀਰੀ ਲਾ ਰਹੇ ਹਾਂ ਸੜਕ 'ਤੇ, ਮਤਲਬ ਕਿ ਇਹ ਸੀਗਾ ਉਹ ਜਿਸ ਤਰ੍ਹਾਂ ਇੱਕ ਉਹਨਾਂ ਨੇ ਮਜ਼ਾਕੀਆ ਲਹਿਜੇ 'ਚ ਕਰਿਆ ਸੀ, ਵਿਅੰਗ ਕੱਸਿਆ ਸੀਗਾ, ਉਹ ਕਹਿੰਦੇ ਵੀ ਇੱਥੇ ਹੀ ਹੋਸਪਿਟਲ ਆ, ਇੱਥੇ ਹੀ ਸਕੂਲ ਆ। ਵੀ ਹੁਣ ਤੁਸੀਂ ਦੇਖੋ ਵੀ ਬੇਸਿਕ ਜਿਹੜੀਆਂ ਫੈਸਿਲਿਟੀਜ਼ ਸੀਗੀਆਂ ਵੀ ਉਹਨਾਂ ਦੇ ਸਾਹਮਣੇ ਹੀ ਇਸ ਕਿਸਮ ਦਾ ਗੰਦ ਪਿਆ ਹੋਇਆ ਵੀ ਗੋਡੇ ਗੋਡੇ ਪਾਣੀ ਆ ਜਿਸ ਤਰ੍ਹਾਂ, ਅਤੇ ਫਿਰ ਇਹ ਦਾਅਵੇ ਕਰ ਰਹੇ ਵਿਕਾਸ ਦੇ, ਮੈਂ ਕਿਹਾ ਵੀ ਖੋਖਲੇ ਦਾਅਵੇ ਨਾ ਕਰੋ, ਗਰਾਊਂਡ 'ਤੇ ਕੰਮ ਕਰੋ। ਜਾਂ ਜਿਸ ਤਰ੍ਹਾਂ ਹੁਣ ਕੱਲ੍ਹ ਇੰਗਲਿਸ਼ ਟ੍ਰਿਬਿਊਨ ਦਾ ਐਡੀਟੋਰੀਅਲ ਸੀਗਾ, ਵਿਲੇਜਿਸ ਫੋਰ ਸੇਲ, ਇੰਗਲਿਸ਼ ਟ੍ਰਿਬਿਊਨ ਨੇ ਐਡੀਟੋਰੀਅਲ ਲਾਇਆ, ਉਹ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਵਿੱਚ 4 ਪਿੰਡਾਂ ਨੇ ਬਾਹਰ ਪਿੰਡ ਦੀ ਫਿਰਨੀ ਦੇ ਬਾਹਰ ਬੋਰਡ ਲਿਖ ਕੇ ਲਾਇਆ ਹੋਇਆ ਵੀ ਅਸੀਂ ਆਪਣੇ ਜੀਵਨ ਤੋਂ ਇੰਨੇ ਤੰਗ ਹੋ ਚੁੱਕੇ ਹਾਂ, ਸਾਡੇ ਕੋਲ ਕੋਈ ਬੇਸਿਕ ਫੈਸਿਲਿਟੀਜ਼ ਜਾਂ ਇਕਨੋਮਿਕ ਰਿਸੋਰਸਿਜ਼ ਨਹੀਂ ਰਹੇ, ਵੀ ਅਸੀਂ ਮਤਲਬ ਕਿ ਆਪਣੇ ਪਿੰਡਾਂ ਦੀ ਜ਼ਮੀਨ ਨੂੰ ਅਤੇ ਆਪਣੇ ਆਪ ਨੂੰ ਵੇਚਣ 'ਤੇ ਲਾ ਦਿੱਤਾ ਹੋਇਆ, ਵੀ ਜੇ ਕੋਈ ਇੰਨਾ ਧਨਾੜ ਬੰਦਾ ਹੈਗਾ ਜਿਹਦੇ ਕੋਲ ਇੰਨੇ ਕੁ ਪੈਸੇ ਆ ਵੀ ਸਾਨੂੰ ਪੈਸੇ ਦੇ ਸਕੇ, ਅਸੀਂ ਪਿੰਡ ਦੀ ਜ਼ਮੀਨ ਅਤੇ ਸਾਰਾ ਕੁਛ ਵੇਚ ਸਕਦੇ ਹਾਂ। ਇਹ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹਲਕਾ ਜਲਾਲਾਬਾਦ, ਉਹਦੇ 4 ਪਿੰਡਾਂ 'ਚ ਜਿੱਦਾਂ ਇੰਗਲਿਸ਼ ਟ੍ਰਿਬਿਊਨ ਨੇ ਜਿਸ ਤਰ੍ਹਾਂ ਐਡੀਟੋਰੀਅਲ ਲਿਖਿਆ, ਅਤੇ ਉਹ ਫਿਰ ਉਹਨੇ ਸਾਰਾ ਐਡੀਟੋਰੀਅਲ ਨੂੰ ਅਨਫੋਲਡ ਕੀਤਾ ਵੀ ਇਸ ਤਰ੍ਹਾਂ ਦੇ ਜਿਹੜੇ ਜਿਹੜਾ ਪਿਛਲਾ ਮੈਨੀਫੈਸਟੋ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ, ਹਾਂਜੀ, ਉਹਦੇ ਵਿੱਚ ਬਕਾਇਦਾ ਕਿਹਾ ਗਿਆ ਸੀਗਾ ਵੀ ਅਸੀਂ ਡਿਵੈਲਪਮੈਂਟ ਕਰਾਂਗੇ। ਉਹਨਾਂ ਨੇ ਕਿਹਾ ਸੀ ਵੀ ਐਜੂਕੇਸ਼ਨ ਦੀ, ਹੋਸਪਿਟਲਸ ਦੀ ਅਤੇ ਟਰਾਂਸਪੋਰਟੇਸ਼ਨ ਦੀ ਜਿਹੜੀ ਉਹ ਸੀਗੀ ਡਿਵੈਲਪਮੈਂਟ ਦਾ ਉਹਨਾਂ ਨੇ ਨਾਅਰਾ ਦਿੱਤਾ ਸੀ, ਅਤੇ ਉਹ ਕਹਿੰਦੇ ਵੀ ਇਸ ਵਾਰੀ ਐਜੂਕੇਸ਼ਨ ਦਾ ਇੰਨਾ ਬੁਰਾ ਹਾਲ ਹੋਇਆ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ
54 हज़ार बच्चों नूं ग्रेस मार्क्स अपने कोलों देने पए है तां कि किते ओह फेल ना हो जाण। जे ओह ग्रेस मार्क्स ना दित्ते जांदे तां 54,000 बच्चे फेल हो जाने सीगे। तो पंजाब स्कूल सिक्ख्या बोर्ड का जिहड़ा ग्रेड सी ग्रेडेशन आ जिहड़ी पूरे इंडिया चो वो इन्नी थले चले जानी सी भी मतलब कि उहदा कोई वर्णन योग था ना नहीं सी रहना। उहदी ग्रेडेशन नूं बचाउण लई 54,000 बच्चों अपने कोलों ही सरकार ने भी दे दिओ कोई गल नहीं, मतलब कि ग्रे इन्नी पढ़ाई नहीं कर सके या उन्हों का विजन इन्ना नहीं बन सकया भी वह नॉर्मल पास होने भी अपने नंबर हासिल कर सकन। मेरे ख्याल 33% नंबर चाहिए होंगे एक पेपर चो भी वह 100 चो 33 100 का ही पेपर होंगे भी वह 54,000 बच्चे 100 चो 33 नंबर लैन के भी काबल नहीं रहे। हूँ तुम एजुकेशन का जिस तरह ये हाल ट्रांसपोर्ट का जो आप गलबात करिए कि पंजाब रोडवेज एक तरह की आप खत्म हो चुकी है। हाँ जी, पंजाब रोडवेज खत्म हो चुकी है, पैप्सू रोडवेज नीयरली जिस तरह खत्म हो चुकी है। उद्दे चो प्राइवेटाइजेशन आ जिहड़ा बसा का एक बस माफिया सीगा उद्दे चो फिर वह सत्ताधारी परिवार आ जाता भी सत्ताधारी परिवार का बहुत व्डा गलबा हो गया ट्रांसपोर्ट से। सरकारी ट्रांसपोर्ट को नुकरे ला के सत्ताधारी कला एक परिवार नहीं, सारिया जिदा कांग्रेस के भी लीडरशिप आ, अकाली लीडरशिप दियाँ भी जिस तरह यानी सारी मेन लीडरशिप आ जी उन्हां दियां जिस तरह बसां ने उत्थे किसी दियां 50 बसां ने किसी दियां 100 बसां ने। तो हाल विच ही खबर सी कि भी हुशियारपुर दे एक बस कंपनी आ उहदियां 120 बसां सत्ताधारी परिवार ने जिस तरह खरीदियां ने। इस तरह नाल ये सारा जिहड़ियां लोकल फैसिलिटीज आ जिहड़ियां पब्लिक सैक्टर दियां जिन्हां ने वो करनी हुंदी आ सेवा करनी हुंदी आ लोकां दी, पब्लिक सैक्टर दे एंटरप्राइज़ सीगे उहनां नूं नुकरे ला के भी वह अपनियां निजी हितां लई जिस तरह भी वह किया जा रहा। ईवन तुसीं देखो भी अमृतसर साहब तो चंडीगढ़ जाने लिए रेलवे ट्रैक बन चुकया होया, बहुत लंबे समय तो मंग सी, उत्थे सिर्फ एक रेल गड्डी चलाई जाती है सारे दिन च ता कि साडा बसां वालियां नूं घाटा ना पवे। बस ट्रांसपोर्ट बहुत लंबा रूट है चंडीगढ़ तो अमृतसर वाला, उत्थे ये चाहिए सीगा जिदा अपने लंडन अंडरग्राउंड आ भी हर 5 मिनट बाद रेल गड्डी आ, जे तुसीं 5 मिनट बाद नहीं भी अफोर्ड कर सकते घट्टो घट्ट 1 घंटे बाद ट्रेन चले, 1 घंटे बाद चंडीगढ़ों चले, 1 घंटे बाद जिस तरह अमृतसर मतलब बहुत सारी जी आवाजाई है इस रूट ईवन ट्रांसपोर्टेशन सारा। हाँ सड़कों तो भार लै सकता है। ये बहुत देर पहला अमरजीत गरेवाल का एक थीसिस आया से उन्हें कहा भी थानू अगले साल पंजाब दियां सड़कों तो भार घटाना पैना भी रेलवे ट्रैक आ जिहड़े सारा दिन खाली पए रहिंदे आ पंजाब दे भी थानू लगातार 3-3, 4-4 डब्बियां वाली रेल गड्डियां चलाउणियां पैणियां ताकि एक्सीडेंट घट हो ते जिहड़ी सेफ्टी आ रोड सेफ्टी वह क्रिएट होवे। सिर्फ रोड्स नूं तुहानू समान दी ढोआ ढोआ लई ट्रक्कां वगैरह लई जां छोटे वहीकल्स लई रखना चाहीदा। जिहड़ी ट्रांसपोर्टेशन आ जिहड़ी कम्यूटिंग आ उह सारी तुहानू रेलवेज ते करनी पैणी आ जिहड़ी ये चंगा उहदा आइडिया सीगा पर क्योंकि बस माफिया इन्ना ज़्यादा पोलिटिकली वो हैगा भी डोमीनेट कर रहा अपने जिहड़े फायदियां करके। हाँ जी हाँ जी, जस्ट अपनियां बसां नूं चलदियां रखण लई उह पंजाब दा नुकसान कर रहे हैं। ये डिवेलपमेंट का मॉडल आ पंजाब च भी साडा अपना निजी नुकसान ना होवे, स्टेट का नुकसान जिन्ना मर्जी हो जाए, लोगों का नुकसान जिन्ना मर्जी हो जाए, उहदा कोई जिस तरह वो नहीं है। बिल्कुल जी, तो आप गल की ट्रांसपोर्टेशन की गल की आप एजुकेशन की, तो जे आप होस्पिटल्स की गल करिए होस्पिटल्स का विकास होया क्योंकि अज भी जो आप देखिए तो जोधपुर यूना जयपुर जे होस्पिटल उधरले बने राजस्थान जे बीकानेर जे होस्पिटल है उतों जी ट्रेन चलती वह नाम भी कैंसर ट्रेन करके रख्या हुआ की होस्पिटल्स का विकास होया पंजाब दे विच। नहीं जी जिस तरह का एजुकेशन का सिस्टम आ उस तरह का ही जिदा ये हैल्थ सिस्टम च होया भी बहुत घट। हाँ कुछ उन्होंने ध्यान दिता पर फिर भी इन्ना नहीं जिन्ना होना चाहिए ना, कुछ हूँ पता लग्या कुछ उद्दे चो सेंटर दियां स्कीम्स भी आईया ने। जिहड़ा आधार कार्ड बनाया गया ना जिस तरह अपने NHS के कार्ड ने इत्थे भी लो इनकम वालियां लई NHS दा काफ़ी कुछ फ्री हुंदा, वह इंडिया गवर्नमेंट ने एक सेंटर की स्कीम हैगी आ भी वो आधार कार्ड बनाए ने। आधार कार्ड के आधार से मेरे ख्याल सीनियर सिटीजनस नूं हले ज़्यादा किया उन्होंने भी सीनियर सिटीजनस 3 लाख रुपए तक अपना जिहड़ा इलाज है वह करवा सकते हैं भी वो असल वो सेंटर चो आया हले पंजाब सरकार का जिहड़ा अपना सीगा उहदे चो उहदी मेरे ख्याल कोई कॉन्ट्रीब्यूशन नहीं भी वो आधार कार्ड के आधार से उन्होंने कुछ डॉक्टर्स कर ले हुए ने नॉमीनेट भी है डॉक्टर को इन्ने मरीज जाएंगे आ डॉक्टर को इन्ने मरीज जाएंगे जिदा वो किया है। पर उहदे चो जी आप कही भी पंजाब स्टाइल हाले होस्पिटल्स दियाँ उही पुरानियां इमारतां ने, डॉक्टर्स की कमी आ, बेसिक फैसिलिटीज़ नहीं है, लोग प्रैफर करते हैं प्राइवेटाइजेशन नूं, प्राइवेट डॉक्टर्स नूं वड्डे ऑप्शन डॉक्टर उन्होंने, तो उद्दे चो हैगा भी इलाज महंगा बहुत हैगा उत्थे। लोग जिदा इस गलों फिर बहुत सारे लोग तो इसे गलों मर जाते हैं भी वह प्राइवेट होस्पिटल में जा नहीं सकते, उन्होंने इन्नी इकनोमिकली इन्ने बोल्ड नहीं होंगे स्ट्रोंग नहीं होंगे भी वह कितने जा सकन। इस करके
ਵੀ ਜਿਹੜਾ ਇੱਕ ਸਵੈ ਮਾਣ ਦੀ ਭਾਵਨਾ ਹੋਣੀ ਚਾਹੀਦੀ ਹੈ ਸਿਟੀਜ਼ਨ ਵਿੱਚ, ਵੀ ਹਾਂ ਸਰਕਾਰ ਸਾਡੀ ਪਿੱਠ 'ਤੇ ਖੜ੍ਹੀ ਆ, ਜਿਹੜੀ ਉਸ ਕਿਸਮ ਦਾ ਹਾਲੇ ਨਹੀਂ ਡਿਵੈਲਪ ਹੋਇਆ, ਉਹਦੇ ਲਈ ਤੁਹਾਨੂੰ ਬੜੇ ਯਤਨ ਕਰਨੇ ਪੈਣਗੇ, ਵਿਜ਼ਨ ਲਿਆਉਣੀ ਪਊਗੀ, ਔਰ ਇਮਾਨਦਾਰੀ ਵੱਡੀ ਗੱਲ ਆ। ਵੀ ਜੇ ਤੁਸੀਂ ਇਮਾਨਦਾਰ ਨਹੀਂ, ਲੀਡਰਸ਼ਿਪ ਇਮਾਨਦਾਰ ਨਹੀਂ, ਫਿਰ ਚਾਹੇ ਤੁਸੀਂ ਅਖਬਾਰਾਂ 'ਚ ਹੀ ਦਾਅਵੇ ਕਰ ਸਕਦੇ ਹੋ, ਉਹ ਗ੍ਰਾਫ ਜੇ ਬਣਾ ਕੇ ਹਰ ਹਫ਼ਤੇ ਤੁਸੀਂ ਅਖਬਾਰਾਂ ਨੂੰ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਸਕਦੇ ਹੋ, ਉਹੀ ਕਰੋੜਾਂ ਰੁਪਏ ਜੇ ਤੁਸੀਂ ਸਟਰਕਚਰ 'ਤੇ ਲਾਏ ਹੁੰਦੇ ਤਾਂ ਮੇਰਾ ਖਿਆਲ ਸੀ ਵੀ ਝੂਠ ਬੋਲਣ ਦੀ ਲੋੜ ਨਾ ਪੈਂਦੀ। ਬਿਲਕੁਲ ਜੀ, ਅਤੇ ਤੁਸੀਂ ਦੇਖ ਰਹੇ ਹੋ ਪੰਜਾਬ 2017 ਗੱਲਬਾਤ ਆਪਾਂ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜੇ 2017 ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਦੇ ਬਾਰੇ ਗੱਲਬਾਤ ਆਪਾਂ ਕਰ ਰਹੇ ਹਾਂ, ਜਿਹੜੇ ਬੀਤੇ ਹੋਏ ਜਿਹੜੇ ਕਹਿ ਲਈਏ ਕਿ 9 ਜਾਂ 10 ਸਾਲ ਨੇ, ਕੀ ਉਹਨਾਂ ਦੇ ਵਿੱਚ ਵਿਕਾਸ ਹੋਇਆ। ਹੁਣ ਆਪਾਂ ਚੱਲਦੇ ਹਾਂ ਇੱਕ ਬ੍ਰੇਕ 'ਤੇ ਬਾਅਦ, ਅਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ, ਕੀ ਇਹਦਾ ਹੱਲ ਕਿਉਂ ਨਹੀਂ ਹੋਇਆ ਜੇ ਲੰਬੇ ਸਮੇਂ ਤੋਂ ਇੱਕੋ ਹੀ ਸਰਕਾਰ ਹੈ। ਅਤੇ ਸਾਰੀ ਗੱਲਬਾਤ ਆਪਾਂ ਕਰਾਂਗੇ, ਤੁਸੀਂ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹਿਣਾ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੀ ਇੱਕ ਵਾਰੀ ਫਿਰ ਸਵਾਗਤ ਹੈ ਆਪ ਜੀ ਦਾ ਅਕਾਲ ਚੈਨਲ ਸਕਾਈ 843 'ਤੇ, ਅਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੰਜਾਬ 2017। ਅਤੇ ਮੇਰੇ ਨਾਲ ਨੇ ਜਰਨਲਿਸਟ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਆਪਾਂ ਵਿਕਾਸ ਬਾਰੇ ਵੀ ਗੱਲਬਾਤ ਕੀਤੀ, ਜੋ ਆਮ ਆਦਮੀ ਪਾਰਟੀ ਦਾ ਜੋ ਨਿਊਜ਼ ਸੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਚੱਲਦੇ ਹਾਂ ਕਿ ਜੇ ਆਪਾਂ ਕਹੀਏ ਕਿ ਪਾਣੀਆਂ ਦੇ ਮਸਲੇ 'ਤੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਹੋਣ ਵਾਲੀ ਹੈ, ਜੋ ਕਿ ਪੰਜਾਬ ਸਰਕਾਰ ਹੈ ਕਾਫੀ ਲੰਬੇ ਸਮੇਂ ਤੋਂ ਹੈ, ਪਾਣੀਆਂ ਦੇ ਮਸਲੇ 'ਤੇ ਕੀ ਇਹ ਮਸਲਾ ਸੁਲਝਾਇਆ ਜਾ ਸਕਦਾ ਸੀ, ਅਤੇ ਜਾਂ ਅੱਜ ਦੀ ਕੀ ਸਿਚੁਏਸ਼ਨ ਹੈ? ਹਾਂਜੀ, ਪਾਣੀਆਂ ਦੇ ਮਸਲੇ ਨੂੰ ਮੈਂ ਦੋ ਤਰ੍ਹਾਂ ਨਾਲ ਦੇਖਦਾ। ਇੱਕ ਤਾਂ ਹੈਗਾ ਵੀ ਜਿਹੜਾ ਰਾਪੇਰੀਅਨ ਕਾਨੂੰਨ ਦੇ ਹਿਸਾਬ ਨਾਲ ਪੰਜਾਬ ਦਾ ਪਾਣੀਆਂ 'ਤੇ ਹੱਕ ਬਣਦਾ, ਹਾਂਜੀ, ਅਤੇ ਇੱਕ ਤਾਂ ਮਸਲਾ ਉਹ ਆ ਵੀ ਉਹਨੂੰ ਜਿਸ ਤਰ੍ਹਾਂ ਲਗਾਤਾਰ ਹੀ ਡਿਲੇ ਕੀਤਾ ਜਾ ਰਿਹਾ। ਕੋਈ ਵੀ ਸੈਂਟਰ ਸਰਕਾਰ ਆ, ਚਾਹੇ ਉਹ ਕਾਂਗਰਸ ਦੀ ਆ, ਚਾਹੇ BJP ਦੀ ਆ, ਜਾਂ ਕੋਈ ਹੋਰ ਵੀ ਸਰਕਾਰਾਂ ਆਈਆਂ ਨੇ, ਉਹ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦਾ ਹੱਕ ਨਹੀਂ ਦੇਣਾ ਚਾਹੁੰਦੀਆਂ। ਉਹ ਚਾਹੁੰਦੀਆਂ ਵੀ ਪਾਣੀਆਂ 'ਤੇ ਸਾਡਾ ਕਬਜ਼ਾ ਰਹੇ, ਵੀ ਅਸੀਂ ਕਿਸ ਤਰ੍ਹਾਂ ਮਰਜ਼ੀ ਯੂਟੀਲਾਈਜ਼ ਕਰੀਏ। ਉਹ ਨੈਸ਼ਨਲਿਜ਼ਮ ਦਾ ਵੀ ਸਾਰਾ ਦੇਸ਼ ਇੱਕ ਹੈਗਾ, ਉਹਦਾ ਰੌਲਾ ਪਾ ਕੇ ਵੀ ਪੰਜਾਬ ਨੂੰ, ਸਿਰਫ ਪੰਜਾਬ ਲਈ ਉਹ ਇਹ ਰੌਲਾ ਪਾਇਆ ਜਾਂਦਾ, ਬਾਕੀ ਸਾਰੇ ਸਟੇਟਸ ਨੂੰ ਆਪਣਾ ਆਪਣਾ ਹੱਕ ਦਿੱਤਾ ਹੋਇਆ। ਅਤੇ ਇਹਦੇ ਲਈ ਸੀਗਾ ਵੀ ਪੰਜਾਬ ਸਰਕਾਰ ਸੀ ਜਿਹੜੀ, ਜਾਂ ਜਿਹੜੇ ਵੀ ਇਹ ਪੰਜਾਬ ਲਈ ਲੜ ਰਹੀਆਂ ਧਿਰਾਂ ਸੀਗੀਆਂ ਪੰਜਾਬ ਦੇ ਹੱਕਾਂ ਲਈ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਸੀ, ਹਾਂਜੀ, ਔਰ ਉਹਦੇ ਵੀ ਉਹਦੇ ਜਿਹੜੇ ਮੁਖੀ ਨੇ ਜਾਂ ਲੰਬੇ ਸਮੇਂ ਤੋਂ ਮੁਖੀ ਰਹਿ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਜਿਸ ਤਰ੍ਹਾਂ ਇਹ ਡੱਟ ਕੇ ਲੜਾਈ ਲੜਨੀ ਚਾਹੀਦੀ ਸੀ, ਪਰ ਉਹਨਾਂ ਨੇ ਆਪਣੇ ਰਾਜਸੀ ਫਾਇਦਿਆਂ ਲਈ, ਮੇਰੇ ਖਿਆਲ ਇੰਡੀਅਨ ਸਟੇਟ ਨੇ ਉਹਨਾਂ ਨਾਲ ਇੱਕ ਸਮਝੌਤਾ ਕਰ ਲਿਆ ਹੋਇਆ, ਕਿਉਂਕਿ ਬਹੁਤ ਸਾਲ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ, ਹਾਂਜੀ, ਵੀ ਪੰਜਾਬ ਦੇ ਹੱਕਾਂ ਹਿੱਤਾਂ ਲਈ ਹੁਣ ਲੜਾਈ ਲੜਨ ਦਾ ਕਿਸ ਤਰ੍ਹਾਂ ਦਾ ਤੁਹਾਡਾ ਮੂਡ ਹੈਗਾ। ਉਹ ਕਹਿੰਦੇ ਵੀ ਹੁਣ ਉਹ ਸਮਝ ਨਹੀਂ ਰਿਹਾ ਵੀ ਅਸੀਂ ਪੰਜਾਬ ਦੇ ਹੱਕਾਂ ਲਈ ਲੜ ਸਕੀਏ। ਇਹਨਾਂ ਦੀ ਪ੍ਰਿੰਟਡ ਸਟੇਟਮੈਂਟ ਆ, ਜਿਸ ਤਰ੍ਹਾਂ ਨਿਊਜ਼ਪੇਪਰ 'ਚ ਆਈ ਸੀ, ਰਿਕਾਰਡਡ ਸਟੇਟਮੈਂਟ ਆ, ਹਾਂਜੀ। ਅਤੇ ਉਹਦੇ 'ਚ ਹੁੰਦਾ ਵੀ ਜਿਹੜੀ ਸਟੇਟ ਹੁੰਦੀ ਆ, ਉਹਦੀਆਂ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ, ਉਹਨਾਂ ਨੇ ਪੰਜਾਬ ਨੂੰ ਉਹ ਇੱਕ ਨਾ ਖਾਸ ਕਿਸਮ ਦੇ ਇੱਕ ਐਕਸਪੈਰੀਮੈਂਟ ਦੇ ਤੌਰ 'ਤੇ ਲੈ ਰਹੇ ਨੇ। ਪੰਜਾਬ ਇੱਕ ਲੈਬੋਰਟਰੀ ਆ ਇੰਡੀਅਨ ਸਟੇਟ ਦੀ, ਉਹ ਵਾਰ ਵਾਰ ਉਹਨੂੰ ਪੂਰੀ ਤਰ੍ਹਾਂ ਮੈਨੇਜ ਕਰਦੇ ਨੇ, ਵੈੱਲ ਮੈਨੇਜਡ ਲੈਬੋਰਟਰੀ ਆ ਉਹਦੇ 'ਚ। ਉਹਦੇ 'ਚ ਉਹਨਾਂ ਨੇ ਅਦਾਲਤਾਂ ਵੀ ਮੈਨੇਜ ਕੀਤੀਆਂ ਹੋਈਆਂ ਨੇ, ਐਡਮਿਨਿਸਟ੍ਰੇਸ਼ਨ ਵੀ ਮੈਨੇਜ ਕੀਤਾ ਹੋਇਆ, ਅਫਸਰ ਸ਼ਾਹੀ ਵੀ ਮੈਨੇਜ ਕੀਤੀ ਹੋਈ ਹੈ। ਅਤੇ ਪੋਲੀਟੀਕਲੀ ਵੀ ਉਹ ਉਸ ਬੰਦੇ ਨੂੰ ਲਿਆਉਣਾ ਚਾਹੁੰਦੇ ਨੇ, ਉਹ ਵਾਰ ਵਾਰ ਇੰਟੈਲੀਜੈਂਸ ਆ ਜਿਹੜੀ ਆ, ਹੋਰ ਸਾਰਾ ਉਹਨਾਂ ਦਾ ਕ੍ਰਾਈਟੀਰੀਆ ਹੈਗਾ, ਉਹ ਪਿੱਛੋਂ ਬਹਿ ਕੇ ਇਸ ਤਰ੍ਹਾਂ ਦਾ ਮੀਡੀਆ ਨੂੰ ਕ੍ਰੀਏਟ ਕਰਕੇ ਉਹਦਾ ਹਊਆ ਇਸ ਤਰ੍ਹਾਂ ਦੀ ਲੀਡਰਸ਼ਿਪ ਲਿਆਉਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਹੱਕਾਂ ਲਈ ਨਾ ਲੜੇ, ਜਿਹਨੂੰ ਆਪਣੀਆਂ ਰਾਜਸੀ ਜਿਹੜੀਆਂ ਆਪਣੀਆਂ ਨਿੱਜੀ ਲਾਲਸਾਵਾਂ ਉਹ ਪੂਰੀਆਂ ਕਰ ਰਹੇ ਨੇ। ਵੀ ਤੁਸੀਂ ਆਪਣੀਆਂ ਨਿੱਜੀ ਲਾਲਸਾਵਾਂ ਜਿੰਨੀਆਂ ਮਰਜ਼ੀ ਪੂਰੀਆਂ ਕਰ ਲਓ, ਜੋ ਮਰਜ਼ੀ ਬਿਜ਼ਨਸ ਵਧਾ ਲਓ, ਜਿੰਨਾ ਕੁਛ ਮਰਜ਼ੀ ਕਰ ਲਓ, ਪਰ ਪੰਜਾਬ ਦੇ ਜਿਹੜੇ ਸਿੱਖਾਂ ਦੇ ਹੱਕ ਨੇ ਉਹਦੇ ਲਈ ਮਤਲਬ ਕਿ ਤੁਸੀਂ ਜ਼ਬਾਨ ਨਾ ਖੋਲੋ। ਅਤੇ ਇਸ ਚੱਕਰ 'ਚੋਂ ਉਹ ਤਾਂ ਹੀ ਉਹਨਾਂ ਨੂੰ ਗੱਦੀਆਂ ਮਿਲਦੀਆਂ ਨੇ ਜਾਂ ਸਾਰਾ ਕੁਛ ਹੁੰਦਾ, ਇਸ ਤਰ੍ਹਾਂ ਨਾਲ ਇਹ ਮੈਨੇਜ ਕੀਤਾ ਹੋਇਆ ਸਿਸਟਮ ਆ। ਉਹਦੇ 'ਚੋਂ ਸਾਨੂੰ ਲੱਗਦਾ ਵੀ ਤਾਂ ਹੀ ਉਹ ਬਾਦਲ ਸਾਹਿਬ ਵੀ ਹੁਣ ਸਮਝਦੇ ਨੇ ਵੀ ਹੁਣ ਲੜਾਈ ਲੜਨ ਦਾ ਉਹ ਨਹੀਂ ਰਿਹਾ। ਜੇ ਇਹ ਰਾਇਪੇਰੀਅਨ ਹੱਕਾਂ ਲਈ ਜਿਹੜੀ ਧਰਮ ਯੁੱਧ ਮੋਰਚੇ ਦੀ ਲੜਾਈ ਸੀ ਜੀ, ਉਹ ਤੋਂ ਬਾਅਦ ਜਾਰੀ ਰੱਖੀ ਜਾਂਦੀ ਤਾਂ ਕਿਸੇ ਹੱਦ ਤੱਕ ਸਰਕਾਰ ਜਿਸ ਤਰ੍ਹਾਂ ਹੋ ਸਕਦਾ ਸੀਗਾ ਵੀ ਉਹਦੇ 'ਚੋਂ ਜਿੱਦਾਂ ਆਪਣਾ ਕੁਛ ਬਣ ਸਕਦਾ, ਅਤੇ ਉਹ ਲੜਾਈ ਹੁਣ ਕਿਉਂਕਿ ਆਪਣੇ ਨਿੱਜੀ ਵਫਾਦਾਂ ਲਈ ਉਹ ਛੱਡ ਦਿੱਤੀ ਗਈ ਆ। ਦੂਜਾ ਹੈਗਾ ਵੀ ਜਿਹੜਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਆ, ਹਾਂਜੀ, ਜਿਹੜਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਜਿਹੜਾ, ਉਹਦੇ 'ਚੋਂ ਸੀਗਾ ਵੀ ਉਹ ਵੀ ਜਿਸ ਤਰ੍ਹਾਂ ਅਕਾਲੀ ਦਲ ਦੀ ਬਹੁਤ ਲੰਬੀ ਸਰਕਾਰ ਰਹੀ ਆ, ਜਾਂ ਈਵਨ ਕਾਂਗਰਸ ਵੀ ਜੇ ਰਹੀ ਆ,
अक्सर जेडे कांग्रेसी भी पंजाब ते राज करदे रहे ने वह पंजाब दे पुत ने इत्थों जम्मे पले ने पंजाब दी धरती नाल थोड़ा मोह होना चाहिए। ये पिछले 50 सालां च जिहड़ी जिहड़ियां भी पंजाब सरकारां रहियां है तो वह पंजाबियों दी सी ना अपनी धरती सी उन्होंने चाहिए सीगा भी पंजाब दे किसानां दा धरती हेठले पानी नालों नाता तोड़ देंदे भी उन्होंने धरती हेठला पानी कढ़न की लोड़ ना पैंदी। ये एक प्रोजैक्ट होना चाहिए सी, दो प्रोजैक्टा दे पिछलियां सरकारां नू कम करन दी लोड़ सी। एक यह सीगा भी पानिया तो उहदे च हुंदा भी जिन्ने भी अवेलेबल वाटरस हैगे ने पंजाब च उन्हां नू चैनलाइज़ करे कीता जाना चाहिए सी तां कि सारे पंजाब नू नहरी पानी मिल सकदा। पंजाब दे किसान नू धरती हेठले पानी ते निर्भर नहीं होना, 50-60 सालां विच असी नहीं समझते भी ये प्रोजैक्ट पूरा नहीं सी कीता जा सकदा। बकायदा सेंटर नू एक प्रोजैक्ट बना के दिता जांदा तो सेंटर चो ये प्रवानगी मिल जानी सी। जे सेंटर पंजाब नू पंजाब दे पानियां दा हक ना भी दिंदा तां जिहड़ा अजाई वग रहा पानी आ वह चैनलाइज़ करके सारे पंजाब नू छोटी छोटिया नहरां दे राही सारे पंजाब नू एक नहरां दा जाल बिछा के पंजाब दी खेती नू ये कढ़िया जा सकदा सी। जिस तरह उन्हां दा आम आदमी पार्टी दा आया ना भी असी दुध दा कर सकते हैं वो तो पंजाब नू इस खेती चक्कर चो कढ़ सकते हैं किसानी दे दूजा कणक ते झोने वाले चो। इस तरह जिहड़ी किसानी सीगी वो धरती हेठला पानी जिहड़ा खतरनाक हद तक थले चले गया वो वड्डी ना अहलीयत आ। यह मॉडल होना चाहिए सी, आ गलियां नालियां दे मॉडल च सारे पंजाब नू पिछले 50 सालों तो उलझा के तुसीं जिहड़ी उहदी एग्जैक्ट डिवेलपमेंट सीगी वह तो उन्हों मतलब के परे ही कर रख्या होया। हाँ जी, दूजा सीगा भी जदों ग्रीन रेवोल्यूशन दे फेलियर तो बाद जदों नवीं सिचुएशनस क्रिएट हुई सीगियां इंडस्ट्रियलाइजेशन होया या ग्लोबल मार्केट विच बहुत सारिया अपॉर्चुनिटीज़ आईया उस वेले चाहिए सी पंजाब दे किसान नू उस खेती चक्कर चो कढ़न लई सरकार पहल करदी, सरकार मंडियां दा उह करदी विकास करदी, ईवन सरकार भी लै लैंदी आप ते उहदी मार्केटाइजेशन करदी या इस किस्म दीआं कोई प्राइवेट संस्थावां क्रिएट करदी। हुण की हुंदा हुण तक भी इह हुंदा जदों पहली उपज आउंदी आ ना जदों कणक आउंदी आ या झोना मंडी विच आउंदा उदों प्राइवेट एजेंसीज मंडियां विच आउंदियां ने उहनां नू पुलिस डरा डरा के भजा दिंदी आ भी इतों भज जाओ। प्राइवेट जिहड़े जिहड़े खरीददार ने जिन्हां ने अपनियां झोने दीआं मिलां ने या कणक दा जिहड़ा बाहर नूं एक्सपोर्ट हुंदा ना आटा वगैरह या ईवन इंडिया विच भी आटा बना के बेचिया जांदा है वह प्राइवेट लोग बहुत सारे आउंदे ने वह वध कीमत ते किसान तों लैंदे ने भी असीं तुहानूं जिहड़ी जिहड़ा नॉर्मल रेट आ उह तों वी वध दिंदे आ सानूं ज बेच दिओ। हुण की हुंदा भी उत्थे उहनां नूं पुलिस आ जिहड़ी उह डरा डरा के भजा दिंदी आ भी तुसीं मंडियां चों भज जाओ कणक तां असीं उह खरीदणी मतलब कि सरकारी एजेंसियां ने ही खरीदणी आ। इहदा किसान नूं पता ही नहीं लग रिहा भी हो की रिहा उहनूं जिहड़ा मुल वधिया मिलना सीगा उह तों विरवा रहि रिहा। जिहड़ी सरकारी धिर आ उह इन्ने दिन बिठालदी आ किसान नूं उदों ही मींह पै जांदा उहदी कणक भिज जांदी आ उत्थे। जिहड़ी प्राइवेट इस तरह दा कोई सिस्टम होना चाहिए सीगा जिस तरह प्राइवेट एजेंसीज ने भी उह इकदम आउंदियां उह पहले दिनां च पहले 10-15 दिनां च आउंदियां ने कुछ फिर भी उह चोरी छिपे पुलिस वालियां नूं रिश्वत दे के पैसे पूसे दे के उहनां कुछ खरीद लैंदियां ने। पर हो ये रिहा भी जिहड़े पंजाब कहिंदे आ भी असीं किसानां दे हमायती आ या किसानां दे रखवाले आ वह अपने पुलिस प्रशासन तो वह या तो फिर उन्होंने सेंटर सरकार दी हदायत आदि ने सेंट्रल इंटैलीजेंसी के इनवॉल्व होंगी है या पंजाब सरकार या पंजाब मंडी बोर्ड क्योंकि मंडी बोर्ड का बहुत बड़ा बजट है वो किसानों की जी उपज है वो पैसे लेंदा है वो वेचण खरीदण के मामले चो एक बहुत बड़ा स्कैंडल आ जिस तरह पंजाब चल रहा भी इस तरह का हो रहा भी पंजाब के किसान उहदी उपज भी नहीं दे मिलन दिती जा रही। ये सारा पुलिस के राही प्रशासन के राही या सरकार के राही उन्हां नूं भजा दिता जांदा ते हुण इह चाहीदा सी कि प्राइवेटाइजेशन जिहड़ी इस किस्म दी सीगी भी जिहड़े आटा बना के वेचदे ने चाहे एक्सपोर्ट करदे ने या इंडिया विच एक्सपोर्ट हुंदा इंडिया दे बाकी स्टेट्स नूं अक्सर इन्नियां स्टेट्स आटा तां खांदियां ने ना बिल्कुल भी उह पंजाब जदों उपजदा सीगा उहनूं क्रिएट कीता जा सकदा सीगा प्राइवेटाइजेशन नूं भी उह वेच के उहदे नाल किसान दा जिहड़ा मंडी दा सिस्टम सी कुछ जिद्दां डिवेलप हो सकदा सीगा हौली हौली। पर हुण इह हो रिहा भी अपना जिहड़ा चंक हैगा अपना जिहड़े पैसे मिलदे आ मंडी बोर्ड नूं उहदे ते ध्यान केंद्रित करन लई वो प्राइवेट एजेंसियों नूं भजा दिता जांदा ते आप फिर किसान नूं दा वह बुरा हाल करके उहदी उपज खरीदी जांदी है भी इस किस्म नाल इह किसानी दा जिहड़ी डावां डोलता दोष ला दिता जांदा भी किसान आत्महत्या कर रहे हैं। किसान बेचारे जदों इस किस्म के हालात के सामने किवें ना करन हुण आया भी 35 दिनां विच 85 किसानों ने आत्महत्या कर ली होई है। बिल्कुल जिहने कह रहे हो भी विकास हो रहा जिस तरह है ना भी सिर्फ 35 दिनां विच 85 है ना 85 किसान आ जिहड़े खुदकुशी कर गए ने। एक मैं देख रहा सीगा किसी टीवी चैनल ने दिखाई है भी उस किसान का 9 साल का बच्चा है
हाँ जी ਉਹਦਾ 9 ਲੱਖ ਦਾ ਪਤਾ ਨਹੀਂ ਕਰਜ਼ਾ ਸੀਗਾ ਉਹ ਕਰਜ਼ਾ ਹੁਣ ਉਹਦੇ ਸਿਰ ਤੇ ਉਹ 9 ਸਾਲ ਦੇ ਬੱਚੇ ਦੇ ਸਿਰ ਤੇ ਉਹਦੀ ਦਾਦੀ ਉਹਨੂੰ ਪਾਲ ਰਹੀ ਆ 9 ਸਾਲ ਦੇ ਬੱਚੇ ਦੇ ਸਿਰ ਤੇ 9 ਲੱਖ ਦਾ ਕਰਜ਼ਾ ਜਿਸ ਤਰ੍ਹਾਂ ਦੁਬਾਰੇ ਆ ਗਿਆ ਹੋਇਆ ਉਹ ਵਿਚਾਰਾ ਰੋ ਰਿਹਾ ਜਾਨੀ ਕਿਸੇ ਨੂੰ ਕੋਈ ਕੋਈ ਸੈਂਟੀਮੈਂਟਸ ਹੈ ਹੀ ਨਹੀਂ ਵੀ ਇਹ ਸਾਡਾ ਬੱਚਾ ਹੋਊਗਾ ਸਾਡੀ ਧਰਤੀ ਦਾ ਬੱਚਾ ਹੈ ਕਿਸੇ ਪਿਓ ਦਾ ਬੱਚਾ ਕਿਸੇ ਮਾਂ ਦਾ ਬੱਚਾ ਜਾਨੀ ਉਹ ਆਪਣੇ ਆਪ ਨੂੰ ਜਿਸ ਤਰ੍ਹਾਂ ਇਹ ਤੁਹਾਡੀ ਜਿਹੜੀ ਅਟੈਚਮੈਂਟ ਹੁੰਦੀ ਆ ਆਪਣੇ ਆਪਣੇ ਰਹਿਣ ਵਾਲੇ ਲੋਕਾਂ ਨਾਲ ਜਾਂ ਵੋਟਰ ਹੀ ਕਹਿ ਲਓ ਆਪਣੇ ਵੋਟਰਾਂ ਨਾਲ ਜਾਨੀ ਇਸ ਕਿਸਮ ਦੀ ਅਟੈਚਮੈਂਟ ਮੈਂ ਪੰਜਾਬ ਦੇ ਕਿਸੇ ਵੀ ਪੋਲੀਟੀਕਲ ਲੀਡਰ 'ਚ ਸਿਰਫ ਮੈਂ ਅਕਾਲੀ ਦਲ ਨੂੰ ਦੋਸ਼ ਨਹੀਂ ਦਿੰਦਾ ਈਵਨ ਕਾਂਗਰਸ ਵੇਲੇ ਵੀ ਇਹੀ ਹਾਲ ਹੁੰਦਾ ਵੀ ਉਹਨਾਂ ਵਿੱਚ ਇਸ ਕਿਸਮ ਦੀ ਅਟੈਚਮੈਂਟ ਨਹੀਂ ਉਹਦਾ ਵੱਡੇ ਬਿਜ਼ਨਸ ਘਰਾਣਿਆਂ 'ਚੋਂ ਆਏ ਨੇ ਫਿਰ ਜਿਹੜਾ ਜਿਹੜਾ ਇਹ ਪੋਲੀਟੀਕਲ ਲੀਡਰ ਆਏ ਨੇ ਛੋਟੇ ਉਹਦੇ 'ਚੋਂ ਆਏ ਨੇ ਛੋਟੇ ਘਰਾਣਿਆਂ 'ਚੋਂ ਆਏ ਨੇ ਫਿਰ ਉਹ ਹੌਲੀ ਹੌਲੀ ਜ਼ਿਮੀਂਦਾਰ ਬਣਦੇ ਨੇ ਵੀ ਉਹ ਸਾਰਾ ਜਿੱਦਾਂ ਕਰਪਸ਼ਨ ਮਨੀ 'ਚੋਂ ਫਿਰ ਉਹਨਾਂ ਦੀ ਅੱਖ ਹੁੰਦੀ ਹੈ ਵੀ ਅਸੀਂ ਬਿਰਲੇ ਟਾਟਿਆਂ ਵਾਂਗ ਵੱਡੇ ਬਣ ਜਾਈਏ ਫਿਰ ਉਹ ਉਸ ਕਿਸਮ ਦੀਆਂ ਹੀ ਗੱਲਾਂ ਕਰਦੇ ਨੇ ਉਹਨਾਂ ਨਾਲ ਹੀ ਯਾਰੀਆਂ ਗੰਢਦੇ ਨੇ ਉਹਨਾਂ ਦਾ ਫਿਰ ਹੇਠਲੇ ਪੱਧਰ ਤੋਂ ਜਿਹੜੇ ਵਿਚਾਰੇ ਮਰ ਰਹੇ ਕਿਸਾਨ ਨੇ ਉਹਨਾਂ ਨਾਲ ਉਹਨਾਂ ਦਾ ਨਾਤਾ ਟੁੱਟ ਜਾਂਦਾ ਅਤੇ ਇਹ ਸਾਰਾ ਜਿਹੜਾ ਜਿਹੜਾ ਵਿਜ਼ਨਲੈਸਨੈਸ ਆ ਜਾਂ ਆਪ ਨਿੱਜੀ ਤੌਰ 'ਤੇ ਅਮੀਰ ਹੋਣ ਦੀ ਜਿਹੜੀ ਲਾਲਸਾ ਉਹਦੇ 'ਚੋਂ ਫਿਰ ਇਹ ਸਾਰਾ ਪੰਜਾਬ ਦੇ ਪਾਣੀਆਂ ਦਾ ਸੰਕਟ ਪੰਜਾਬ ਦੀ ਕਿਸਾਨੀ ਦਾ ਸੰਕਟ ਅਤੇ ਪੰਜਾਬ ਦਾ ਪੋਲੀਟੀਕਲ ਸੰਕਟ ਆ ਜਿਹੜਾ ਇਹ ਕ੍ਰੀਏਟ ਹੋ ਰਿਹਾ ਇਹ ਬਹੁਤ ਵੱਡੀ ਕਿਸਮ ਦੀ ਜਿਸ ਤਰ੍ਹਾਂ ਖੇਡ ਆ ਇਹਦੇ 'ਚ ਆਮ ਬੰਦੇ ਲਈ ਹੁਣ ਖੇਡਣ ਲਈ ਕੁਛ ਨਹੀਂ ਰਿਹਾ ਆਮ ਬੰਦਾ ਜੇ ਚਾਹੇ ਵੀ ਹਾਂ ਅਸੀਂ ਵੀ ਮਤਲਬ ਕਿ ਰਾਜਨੀਤੀ ਵਿੱਚ ਸ਼ਾਮਿਲ ਹੋ ਸਕਦੇ ਉਹਨਾਂ ਨੂੰ ਉਸ ਪੱਧਰ 'ਤੇ ਰੱਖਿਆ ਜਾਊਗਾ ਵੀ ਆ ਸਰਪੰਚ ਬਣ ਜਾਓ ਜਾਂ ਕੁਛ ਹੋਰ ਬਣ ਜਾਓ ਉੱਥੇ ਲੁੱਟਮਾਰ ਕਰੀ ਜਾਓ ਜਾਣੀ ਵਿਜ਼ਨਰੀ ਲੀਡਰਸ਼ਿਪ ਦਾ ਪੰਜਾਬ ਵਿੱਚ ਘਾਟਾ ਜਿਸ ਤਰ੍ਹਾਂ ਹੈਗਾ ਜੇ ਆਪਾਂ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਅਕਾਲੀ ਲੀਡਰਸ਼ਿਪ ਨੇ ਹਮੇਸ਼ਾ ਹੀ ਜਿਹੜੀ ਸਿੱਖ ਵੋਟ ਹੈ ਉਸ ਨੂੰ ਇੱਕ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਹੈ ਚਾਹੇ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਹੋਵੇ ਜਾਂ ਹੋਰ ਗੱਲਾਂ ਬਾਤਾਂ ਦੇ ਵਿੱਚ ਹੋਵੇ ਕਿਉਂਕਿ ਸਿੱਖਾਂ ਦੀ ਜਿਹੜੀ ਪੰਜਾਬ ਦੇ ਵਿੱਚ ਹਲੇ ਵੀ ਜਿਹੜੀ ਬਹੁ ਗਿਣਤੀ ਹੈਗੀ ਹੈ ਅਤੇ ਜੇ ਆਪਾਂ ਹੁਣ ਗੱਲਬਾਤ ਕਰੀਏ ਅਜੋਕੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਮੈਨੀਫੈਸਟੋ ਲਾਂਚ ਹੋਇਆ ਕਈ ਪਾਸਿਓਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਉਹਦੇ 'ਚ ਸਿੱਖ ਹਿੱਤਾਂ ਦੇ ਲਈ ਸਿੱਖ ਹਿੱਤਾਂ ਦੇ ਲਈ ਉਸ ਮੈਨੀਫੈਸਟੋ ਦੇ ਵਿੱਚ ਕੁਛ ਵੀ ਨਹੀਂ ਹੈਗਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਨੂੰ ਇਹ ਨਹੀਂ ਸੀ ਚਾਹੀਦਾ ਕਿ ਸਿੱਖ ਹਿੱਤਾਂ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਹਾਂਜੀ ਇਹ ਤਾਂ ਉਹਨਾਂ ਨੂੰ ਚਾਹੀਦਾ ਸੀ ਕਿਉਂਕਿ ਜਦੋਂ ਉਹਨਾਂ ਨੇ ਵੋਟ ਸਿੱਖਾਂ ਦੀ ਲੈਣੀ ਆ ਹਾਂਜੀ ਫਿਰ ਸਿੱਖਾਂ ਦੇ ਹੱਕਾਂ ਹੱਤਾਂ ਬਾਰੇ ਜਾਂ ਜੋ ਪਿਛਲੇ 25-30 ਸਾਲਾਂ 'ਚ ਸਿੱਖਾਂ ਨਾਲ ਹੋਇਆ ਪੋਲੀਟੀਕਲੀ ਹੋਇਆ ਇੱਕ ਤਾਂ ਹਿਊਮਨ ਰਾਈਟਸ ਦੀ ਵਾਇਓਲੇਸ਼ਨਸ ਹੋਈ ਆ ਬਿਲਕੁਲ ਦੂਜਾ ਵੀ ਜਿਹੜੇ ਸਿੱਖਾਂ ਦੇ ਪੋਲੀਟੀਕਲ ਮਸਲੇ ਸੀਗੇ ਉਹਨਾਂ ਦਾ ਆਟੋਨਮੀ ਦਾ ਮਸਲਾ ਸੀਗਾ ਪਾਣੀਆਂ ਦਾ ਮਸਲਾ ਜਿਸ ਤਰ੍ਹਾਂ ਜਾਂ ਹੋਰ ਜਿਹੜਾ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਅਤੇ ਉਹਦੇ 'ਚੋਂ ਹਾਲੇ ਵੈਸੇ ਉਹ ਟੋਟਲ ਮੈਨੀਫੈਸਟੋ ਨਹੀਂ ਮੇਰਾ ਖਿਆਲ ਹੈਗਾ ਹਾਂਜੀ ਉਹ ਇੱਕ ਇੱਕ ਖਾਸ ਪਾਰਟ ਕਿਤੇ ਪਾਰਟ ਹੈਗਾ ਜੇ ਹੁਣ ਜਿਹੜਾ ਟੋਟਲ ਮੈਨੀਫੈਸਟੋ ਆਊਗਾ ਜੇ ਉਹਦੇ 'ਚ ਇਹ ਨਹੀਂ ਆਉਂਦਾ ਤਾਂ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਦੀ ਨਲਾਇਕੀ ਆ ਜਾਂ ਉਹਨਾਂ ਦਾ ਨੈਗੇਟਿਵ ਪੁਆਇੰਟ ਆ ਇਹਦਾ ਮਤਲਬ ਉਹ ਪੰਜਾਬ ਦੇ ਜਿਹੜੇ ਗੰਭੀਰ ਮਸਲੇ ਆ ਜਿਹੜੇ ਜਿਹੜੇ ਐਕਚੁਅਲੀ ਪੰਜਾਬ ਦੇ ਮਸਲੇ ਆ ਉਹਨਾਂ ਨੂੰ ਐਡਰੈਸ ਨਹੀਂ ਹੋਣਾ ਚਾਹੁੰਦੇ ਜਸਟ ਚੰਗੇ ਪ੍ਰਸ਼ਾਸਨ ਨੂੰ ਹੀ ਜਿਸ ਤਰ੍ਹਾਂ ਉਹ ਅੱਗੇ ਵਧਾ ਕੇ ਵੋਟਾਂ ਲੜਨੀਆਂ ਚਾਹੁੰਦੇ ਨੇ ਇਹ ਉਹਨਾਂ ਦੀ ਇੱਕ ਡੈਫੀਸ਼ੀਐਂਸੀ ਹੋਊਗੀ ਔਰ ਇਹ ਡੈਫੀਸ਼ੀਐਂਸੀ ਭਵਿੱਖ ਵਿੱਚ ਉਹਨਾਂ ਲਈ ਖਤਰਨਾਕ ਵੀ ਹੋ ਸਕਦੀ ਹੈ ਜੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਬਕਾਇਦਾ ਹਾਲਾਂਕਿ ਜੇ ਅਕਾਲੀ ਦਲ ਵੀ ਉਹ ਕਰਦਾ ਰਿਹਾ ਉਹਦੇ 'ਤੇ ਪਹਿਰਾ ਤਾਂ ਉਹਨੇ ਵੀ ਨਹੀਂ ਦਿੱਤਾ ਅਤੇ ਘੱਟੋ ਘੱਟ ਉਹ ਫਿਰ ਵੀ ਅਕਾਲੀ ਦਲ ਕਰਦਾ ਤਾਂ ਰਿਹਾ ਨਾ ਵੀ ਅਸੀਂ ਕਰਾਂਗੇ ਜਾਂ ਕਿਸ ਤਰ੍ਹਾਂ ਕਰਾਂਗੇ ਉਹ ਠੀਕ ਵੱਖਰੀ ਗੱਲ ਆ ਵੀ ਪ੍ਰੈਕਟੀਕਲੀ ਉਹਨਾਂ ਨੇ ਨਹੀਂ ਕੀਤਾ ਪਰ ਇਹਨਾਂ ਨੂੰ ਘੱਟੋ ਘੱਟ ਉਹਦੇ ਵਿੱਚ ਜਿਹੜਾ ਆਪਣਾ ਗਾਂਹ ਵਾਲੇ ਮੈਨੀਫੈਸਟੋ ਆਉਣ ਵਾਲੇ ਆ ਸਿੱਖ ਹੱਕਾਂ ਹਿੱਤਾਂ ਦੇ ਜਿਹੜੇ ਜਿਹੜੇ ਧਰਮਯੁੱਧ ਮੋਰਚੇ ਦੇ ਮਸਲੇ ਨੇ ਜਾਂ ਸੈਲਫ ਡਿਟਰਮੀਨੇਸ਼ਨ ਦੇ ਜਾਂ ਜਿਹੜੀ ਵੱਧ ਆਟੋਨਮੀ ਦੇ ਮਸਲੇ ਆ ਉਹ ਬਕਾਇਦਾ ਆਪਣੇ ਮੈਨੀਫੈਸਟੋ ਵਿੱਚ ਲੈ ਕੇ ਆਉਣੇ ਚਾਹੀਦੇ ਆ ਜੇ ਨਹੀਂ ਲਿਆਉਂਦੇ ਇਹਦਾ ਮਤਲਬ ਉਹ ਗੰਭੀਰ ਮਸਲਿਆਂ ਨੂੰ ਸੰਬੋਧਿਤ ਨਹੀਂ ਹੋਣਾ ਚਾਹੁੰਦੇ ਅਤੇ ਇਸ ਦੇ ਨਾਲ ਨਾਲ ਆਪਾਂ ਗੱਲਬਾਤ ਕੀਤੀ ਤੁਸੀਂ ਕੀਤਾ ਕਿ ਸਿੱਖ ਮਸਲੇ ਦੀ ਜਿਹੜੀ ਕਾਫੀ ਜ਼ਿਆਦਾ ਆਪਾਂ ਕਹੀ ਕਿ ਲੋੜ ਹੈਗੀ ਆ ਅਤੇ ਹੁਣ ਆਪਾਂ ਇਹ ਦੇਖਦੇ ਹਾਂ ਕਿ ਜੇ ਆਪਾਂ ਕਹੀ ਕਿ ਅੱਜ ਇਲੈਕਸ਼ਨ ਹੁੰਦੇ ਨੇ ਪੰਜਾਬ ਦੇ ਵਿੱਚ ਇਸ ਟਾਈਮ 117 ਸੀਟਾਂ ਨੇ ਅਤੇ ਤੁਸੀਂ ਕੀ ਸੋਚਦੇ ਹਾਂ ਕਿ ਜੇ ਅੱਜ ਦੇ ਦਿਨ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤਾਂ ਕਿਹੋ ਜਿਹਾ ਜਿਹੜੇ ਆਪਾਂ ਕਹੀ ਕਿ ਸਿਚੁਏਸ਼ਨ ਸਾਹਮਣੇ ਆਵੇਗੀ ਜੇ ਨਿਰਪੱਖ ਤੌਰ 'ਤੇ ਜਿਹੜੀ ਮੈਂ ਸਿਚੁਏਸ਼ਨ ਪੰਜਾਬ ਦੀ ਦੇਖ ਰਿਹਾ ਲਗਾਤਾਰ ਵੀ ਹਲੇ ਵੀ ਮੈਨੂੰ ਅਕਾਲੀ ਦਲ ਦਾ ਹੱਥ ਉੱਪਰ ਲੱਗ ਰਿਹਾ ਇਸ ਵੇਲੇ ਅੱਛਾ ਜੀ ਅਪਰ ਹੈਂਡ ਆ ਉਹਦਾ ਕੀ ਕਾਰਨ ਕੀ ਹੈ ਕਿਉਂਕਿ ਜੇ ਵਿਕਾਸ ਵਾਲੀ ਤੁਸੀਂ ਗੱਲ ਕੀਤੀ ਉਧਰਲੇ ਬੰਨਿਓਂ ਅਕਾਲੀ ਦਲ ਫੇਲ ਹੋਇਆ ਐਜੂਕੇਸ਼ਨ ਵਾਲੇ ਬੰਨਿਓਂ ਫੇਲ ਹੋਇਆ ਬਹੁਤ ਸਾਰੇ ਪੰਜਾਬ ਦੇ ਵਿੱਚ ਹਾਲਾਤ ਇਸ ਟਾਈਮ ਇੰਨੇ ਚੰਗੇ ਨਹੀਂ ਹੈਗੇ ਕੋਈ ਬਾਹਰਲੀ ਇਨਵੈਸਟਮੈਂਟ ਕਰਨ ਲਈ ਰੈਡੀ ਨਹੀਂ ਹੈਗਾ ਜ਼ਮੀਨਾਂ ਦੇ ਮੁੱਲ ਜਿਹੜੇ ਆ ਉਹ ਘੱਟਦੇ ਜਾ ਰਹੇ ਨੇ ਅਤੇ ਫਿਰ ਵੀ ਕੀ ਕਾਰਨ ਹੈ ਅਸਲ ਇਹੀ ਗੱਲ ਵੀ ਮਤਲਬ ਕਿ ਵਾਰ ਵਾਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਿਹੜੀ ਵੋਟ ਆ ਉਹ ਅਕਾਲੀ ਦਲ ਨੂੰ ਹੀ ਪਾਉਂਦੇ ਨੇ ਜ਼ਿਆਦਾ ਇਸ ਵੇਲੇ ਹੁਣ ਜਿਹੜੀ ਸਿਚੁਏਸ਼ਨ ਜਿਹੜੀ ਸੀਟਾਂ ਦੀ ਬਾਇਫਰਕੇਸ਼ਨ ਕਰਨੀ ਹੋਵੇ ਮੈਂ ਦੇਖਿਆ ਵੀ ਆਮ ਆਦਮੀ ਪਾਰਟੀ ਨੇ ਆਪਣਾ ਆਧਾਰ ਬਣਾਇਆ ਅੱਗੇ ਕਾਫੀ ਲੋਕਾਂ ਵਿੱਚ ਉਹਨਾਂ ਦੀ ਸੇਹ ਗਈ ਆ ਅਤੇ ਅੱਜ ਦੀ ਡੇਟ ਵਿੱਚ ਮੈਂ ਦੇਖ ਰਿਹਾ ਵੀ 35-40 ਦੇ ਤੱਕ ਸੀਟਾਂ ਲੈ ਕੇ ਜਾ ਸਕਦੇ ਆ ਉਹ ਠੀਕ ਜੇ ਅੱਜ ਇਲੈਕਸ਼ਨ ਹੋ ਜਾਣ 35-40 ਉਹਦੇ 'ਚੋਂ ਉਹ ਜ਼ਿਆਦਾ ਜਿਹੜੀਆਂ ਜ਼ਿਆਦਾ ਸੀਟਾਂ ਨੇ ਉਹ ਕਾਂਗਰਸ ਦੀਆਂ ਲੈ ਰਹੇ ਨੇ ਠੀਕ ਹੈ ਵੀ ਕਾਂਗਰਸ ਨੂੰ ਕਾਫੀ ਵੱਡਾ ਘਾਟਾ ਪਊਗਾ ਅਤੇ ਉਹਦੇ 'ਚੋਂ ਜਿਹੜੀਆਂ ਕਾਂਗਰਸ ਦੀਆਂ ਕਾਂਗਰਸ ਨੂੰ ਮੈਂ
ਬਾਕੀ ਸੀਟਾਂ ਹਲੇ ਵੀ ਅਕਾਲੀ ਦਲ ਅਤੇ ਭਾਜਪਾ ਨੂੰ ਜਿਸ ਤਰ੍ਹਾਂ ਜਾਣ ਦੀ ਸੰਭਾਵਨਾ ਮੇਰੇ ਹਿਸਾਬ ਨਾਲ ਆ, ਜਿੱਦਾਂ ਜਿਹੜੀ ਮੇਰੀ ਕੈਲਕੂਲੇਸ਼ਨ ਅੱਜ ਦੀ ਡੇਟ 'ਚ ਵੀ ਇਸ ਤਰ੍ਹਾਂ ਉਹ ਵੱਧ ਸੀਟਾਂ ਲੈ ਕੇ ਜਾ ਸਕਦੇ, ਕਿਉਂਕਿ ਤੁਸੀਂ ਦੇਖੋ ਵੀ ਖੰਡੋਰ ਸਾਹਿਬ ਦੀ ਇਲੈਕਸ਼ਨ ਹੋਈ ਆ, ਹੈ ਨਾ, ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਦੋ ਸਿੱਖ ਨੌਜਵਾਨ ਕਤਲ ਕਰ ਦਿੱਤੇ ਗਏ ਆ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ 80% ਵੋਟਾਂ ਪਾਈਆਂ ਨੇ। ਔਰ ਆਪਾਂ ਇਹ ਵੀ ਦੱਸਦੇ ਚੱਲੀਏ ਸੰਗਤਾਂ ਨੂੰ ਕਿ ਉਹ ਬੇਅਦਬੀ ਦੇ ਰੋਸ ਵਜੋਂ ਹੀ ਜਿਹੜੇ ਉੱਥੋਂ ਦੇ ਆਪਾਂ ਕਹੀਏ MLA ਨੇ ਕਿ ਉਹਨੇ ਆਪਣੀ ਜਿਹੜੀ ਸੀਟ ਕਾਂਗਰਸੀ MLA ਨੇ ਇਸ ਗੱਲੋਂ ਅਸਤੀਫਾ ਦਿੱਤਾ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਮੇਰਾ MLA ਰਹਿਣ ਦਾ ਕੋਈ ਹੱਕ ਨਹੀਂ, ਪਰ ਉੱਥੋਂ ਦੇ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ, ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਪ੍ਰਵਾਹ ਨਹੀਂ ਕਰਦੇ, ਸਾਨੂੰ ਤਾਂ ਜਿੱਦਾਂ ਉਹ ਪਿੱਛੋਂ ਹੁਕਮ ਆਏ ਨੇ ਜਾਂ ਜੋ ਮਤਲਬ ਕਿ ਪੈਸੇ ਧੇਲੇ ਮਿਲੇ ਨੇ ਜਾਂ ਜੋ ਵੀ ਹੋਇਆ, ਅਸੀਂ ਤਾਂ ਬਸ ਉਹਨਾਂ ਨੂੰ ਦੇਖਦੇ, ਇਸ ਸਿਚੁਏਸ਼ਨ ਨੂੰ ਦੇਖਦਿਆਂ ਮੈਂ ਕਹਿ ਸਕਦਾ ਵੀ ਅੱਜ ਵੀ ਅਕਾਲੀ ਦਲ ਦਾ ਹਲੇ ਹੱਥ ਉੱਪਰ ਆ, ਆਮ ਆਦਮੀ ਪਾਰਟੀ 35 ਤੋਂ 40 ਦੇ ਵਿੱਚ ਸੀਟਾਂ ਅੱਜ ਦੀ ਡੇਟ 'ਚ ਲੈ ਕੇ ਜਾ ਸਕਦੀ, 6 ਮਹੀਨੇ ਨੂੰ ਉਹ ਚੇਂਜ ਕਰ ਦੇਣ, ਉਹ ਕੀ ਕਰਦੇ ਆ, ਕਿੰਨਾ ਉਹ ਲੈ ਕੇ ਆਉਂਦੇ ਆ, ਉਹਨਾਂ ਦੀ ਕਿੰਨੀ ਵਿਗਰਸ ਹੋਊਗੀ ਜਿਹੜੀ ਕੰਪੇਨ ਆ, ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪੈ ਰਿਹਾ ਅੱਜ ਦੀ ਡੇਟ ਵਿੱਚ। ਅਤੇ ਬਾਕੀ ਦੇਖੋ ਵੀ ਸਿਚੁਏਸ਼ਨ ਕੀ ਹੈ, ਇਹ ਪ੍ਰਡਿਕਸ਼ਨਸ ਜਿਹੜੀਆਂ ਨੋਰਮਲ ਹੁੰਦੀਆਂ ਨੇ, ਇਲੈਕਸ਼ਨਾਂ ਤੋਂ ਇੱਕ ਹਫ਼ਤੇ ਪਹਿਲਾਂ ਤੱਕ ਵੀ ਤੁਸੀਂ ਐਕਚੁਅਲ ਪ੍ਰਡਿਕਟ ਨਹੀਂ ਕਰ ਸਕਦੇ, ਈਵਨ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਆਪਾਂ ਉਹਦੇ ਅਨੈਲਿਸਿਸ ਲਗਾਤਾਰ ਕਰਦੇ ਹਾਂ, ਬਕਾਇਦਾ ਸਟੇਟ ਵਾਈਜ਼ ਆਪਾਂ ਨੇ ਅਨੈਲਿਸਿਸ ਕੀਤਾ ਸੀਗਾ, ਉਹਦੇ 'ਚੋਂ ਆਪਾਂ ਨੂੰ BJP ਇੰਨੀ ਭਾਰੂ ਨਜ਼ਰ ਨਹੀਂ ਸੀ ਆਉਂਦੀ, ਹਾਲਾਂਕਿ ਵੋਟਾਂ 31% ਹੀ ਪਈਆਂ ਨੇ BJP ਨੂੰ, ਹਾਂਜੀ, ਪਰ ਜਿੰਨੀਆਂ ਉਹ ਸੀਟਾਂ ਲੈ ਗਏ ਨੇ, ਯਾਨੀ ਇਹ ਬਾ ਕਮਾਲ ਸੀਗਾ ਉਹਨਾਂ ਦੀ, ਜਿਸ ਤਰ੍ਹਾਂ ਵੀ ਸਾਰਾ ਆਪਾਂ ਸੀਟ ਬਾਏ ਸੀਟ ਜਦੋਂ ਨਿਊਜ਼ ਪੁਆਇੰਟ ਕਰਦੇ ਸੀ, ਹਰ ਸਟੇਟ ਦਾ ਅਸੀਂ ਅਨੈਲਿਸਿਸ ਕਰਿਆ ਸੀ ਵੀ ਕਿਹੜੀ ਸਟੇਟ ਵਿੱਚ ਕਿੰਨੀਆਂ ਇਲੈਕਸ਼ਨਾਂ ਨੇ, ਉਹਦੇ 'ਚੋਂ ਅਸੀਂ ਇਕੱਲੀ ਇਕੱਲੀ ਚੀਜ਼ ਔਰ ਵੱਡੇ ਐਕਸਪਰਟ ਨਾਲ ਸਲਾਹ ਕਰਕੇ ਸਾਰਾ ਕੁਛ, ਜਿਹੜੇ ਇਲੈਕਸ਼ਨ ਦੇ ਮਾਹਰ ਨੇ ਉਹਨਾਂ ਨਾਲ ਸਾਰੀ ਇੰਟਰੈਕਸ਼ਨ ਕਰਕੇ ਅਸੀਂ ਕੀਤਾ ਸੀ, ਇਹਦੇ ਬਾਵਜੂਦ ਵੀ ਸਾਡੇ ਜਿਹੜੇ ਉਹ ਨੇ ਉਹ ਗਲਤ ਹੋਏ ਨੇ, ਵੀ ਸਾਡੇ ਜਿਹੜੇ ਅਨੈਲਿਸਿਸ ਸੀਗੇ ਉਹ ਗਲਤ ਹੋਏ ਨੇ, ਬਕਾਇਆ ਉਹ ਸਾਰਿਆਂ ਦੇ ਗਲਤ ਹੋਏ ਨੇ, ਜਸਟ ਸਾਡਾ ਨਹੀਂ ਪੂਰੇ ਇੰਡੀਅਨ ਮੀਡੀਆ ਦਾ ਜਿਸ ਤਰ੍ਹਾਂ ਗਲਤ ਹੋਇਆ ਸੀ, ਅਤੇ ਉਸ ਚੱਕਰ 'ਚੋਂ ਅਸੀਂ ਦੇਖ ਰਹੇ ਹਾਂ ਵੀ ਅੱਜ ਦੀ ਸਿਚੁਏਸ਼ਨ 'ਚ ਮੈਂ ਤੁਹਾਨੂੰ ਇਹ ਦੱਸਿਆ ਵੀ 35 ਤੋਂ 40 ਆਮ ਆਦਮੀ ਪਾਰਟੀ, 20 ਸੀਟਾਂ ਕਾਂਗਰਸ ਦੀਆਂ, ਅਤੇ ਬਾਕੀ ਸਾਰੀਆਂ ਜਿਸ ਤਰ੍ਹਾਂ ਅਕਾਲੀ ਦਲ ਅਤੇ ਭਾਜਪਾ ਅੱਜ ਵੀ ਲੈ ਕੇ ਜਾ ਸਕਦਾ, ਉਹ ਇੰਨੇ ਕੁ ਉਹਨਾਂ ਦਾ ਹੋਲਡ ਜਿਸ ਤਰ੍ਹਾਂ ਹੈਗਾ। ਅਤੇ ਫਿਰ ਇਸ ਹਿਸਾਬ ਨਾਲ ਆਪਾਂ ਜੇ ਕਹੀਏ ਕਿ ਪੰਜਾਬ ਦੇ ਵਿੱਚ ਉਹ ਸੋਚ ਖਤਮ ਹੋ ਚੁੱਕੀ ਆ ਜਾਂ ਕਿ ਆਪਾਂ ਕਿ ਕਿਉਂ ਇਸ ਤਰ੍ਹਾਂ ਦੀ, ਮਤਲਬ ਜੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਹੋਰ ਜ਼ਿਆਦਾ ਜਿਹੜਾ ਹਾਲਾਤ ਨੇ ਉਹ ਖਰਾਬ ਹੋ ਸਕਦੇ। ਹਾਂਜੀ, ਇਹ ਤਾਂ ਫਿਰ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਜਿਨ੍ਹਾਂ ਨੇ ਵੋਟਾਂ ਪਾਉਣੀਆਂ, ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਵਿਕਾਸ ਹੋਇਆ, ਇਹਦਾ ਮਤਲਬ ਉਹਨਾਂ ਨੂੰ ਲੱਗਦਾ, ਆਪਾਂ ਮੀਡੀਆ 'ਚ ਬੈਠੇ ਗੱਲਾਂ ਹੋਰ ਕਰਦੇ ਹਾਂ, ਜਿਹੜੇ ਉੱਥੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਲੱਗਦਾ ਵੀ ਸਾਡੇ ਲਈ ਠੀਕ ਹੋ ਰਿਹਾ, ਇਹ ਤਾਂ ਉਹਨਾਂ ਦੀ ਸੋਚ ਹੈ ਨਾ, ਵੋਟਾਂ ਕਿਤੇ ਇਸ ਤਰ੍ਹਾਂ ਦਾ ਨਹੀਂ ਕਿ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਉਹ ਬੜੀ ਸ਼ਾਰਟ ਟਰਮ ਦੀ ਹੋ ਗਈ ਹੋਈ ਹੈ। ਹਾਂਜੀ, ਇਹ ਤਾਂ ਹੁੰਦਾ ਹੀ ਆ, ਜਿਹੜੀਆਂ ਜਿਹੜੀਆਂ ਫਿਊਡਲ ਸੁਸਾਇਟੀਜ਼ ਹੁੰਦੀਆਂ ਨੇ ਜਾਂ ਜਿਹੜੀਆਂ ਬੈਕਵਰਡ ਸੁਸਾਇਟੀਜ਼ ਹੁੰਦੀਆਂ ਨੇ, ਉਹਨਾਂ ਦਾ ਜਿਹੜਾ ਸੋਚਣ ਦਾ ਜਿਹੜਾ ਉਹ ਹੁੰਦਾ ਨਾ ਦਾਇਰਾ ਹੁੰਦਾ ਬਹੁਤ ਛੋਟਾ ਹੁੰਦਾ, ਉਹ ਪਿੰਡ ਪੱਧਰ ਤੱਕ ਹੀ ਸੋਚਦੇ ਨੇ, ਪਿੰਡ ਤੋਂ ਬਾਹਰ ਮਤਲਬ ਕਿ ਉਹਨਾਂ ਦਾ ਕੋਈ ਅਨੈਲਿਸਿਸ ਨਹੀਂ ਹੁੰਦਾ, ਕੋਈ ਸੋਚ ਨਹੀਂ ਹੁੰਦੀ। ਇਹ ਫਿਊਡਲ ਸੁਸਾਇਟੀ ਦਾ ਜਿਹੜਾ ਵੱਡੇ ਦੁਨੀਆ ਦੇ ਵੱਡੇ ਵਿਦਵਾਨਾਂ ਨੇ ਫਿਊਡਲ ਐਂਡ ਬੈਕਵਰਡ ਸੁਸਾਇਟੀਜ਼ ਬਾਰੇ ਰਿਸਰਚ ਕੀਤੀ ਹੈ, ਇਹ ਸਭ ਤੋਂ ਪਹਿਲਾ ਪੁਆਇੰਟ ਹੈਗਾ। ਜਦੋਂ ਦੇਸ਼ਾਂ ਜਦੋਂ ਅੱਜ ਤੋਂ 500-400 ਸਾਲ ਪਹਿਲਾਂ ਜਦੋਂ ਫਿਊਡਲ ਸੁਸਾਇਟੀ ਤੋਂ ਨੈਸ਼ਨਲ ਸਟੇਟ ਕ੍ਰੀਏਟ ਹੋਈਆਂ ਨਾ, ਉਹਦੇ 'ਚੋਂ ਜਿਹੜੀ ਉਸ ਡਿਵੈਲਪਮੈਂਟ 'ਚੋਂ ਜਿੰਨੇ ਵੀ ਬੰਦਿਆਂ ਨੇ ਵਿਦਵਾਨਾਂ ਨੇ ਗੱਲ ਕੀਤੀ ਆ, ਉਹ ਇਹੀ ਕਹਿ ਰਹੇ ਨੇ ਵੀ ਜਿਹੜੇ ਪਿੰਡਾਂ ਵਿੱਚ ਵੱਸਦੇ ਲੋਕ ਸੀ ਉਹਨਾਂ ਦੀ ਵਿਜ਼ਨ ਬਸ ਪਿੰਡ ਤੱਕ ਹੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਪਿੰਡ ਤੋਂ ਬਾਹਰ ਵੀ ਦੁਨੀਆ ਵੱਸਦੀ ਆ। ਇਹ ਜਿਹੜੀ ਸ਼ਾਰਟਕਮਿੰਗਸ ਆ ਉਹਦਾ ਜਿਹੜੇ ਪੰਜਾਬ ਦੇ ਚਤਰ ਸਿਆਸਤਦਾਨ ਨੇ ਉਹ ਫਾਇਦਾ ਉਠਾ ਰਹੇ ਨੇ ਵੀ ਇਸ ਸ਼ਾਰਟਕਮਿੰਗ 'ਚੋਂ ਹੀ ਜਿਸ ਤਰ੍ਹਾਂ ਉਹਨਾਂ ਨੂੰ ਵੋਟਾਂ ਪੈ ਰਹੀਆਂ ਨੇ, ਵੱਧ ਵੋਟਾਂ ਪੈ ਰਹੀਆਂ ਨੇ। ਹੁਣ ਇਹੀ ਆ ਵੀ ਅਕਾਲੀ ਦਲ ਨੂੰ ਹੁਣ ਜਿਹੜਾ ਬਜ਼ੁਰਗ ਲੋਕ ਨੇ ਜਿਹੜੇ ਵੱਡੀ ਉਮਰ ਵਾਲੇ ਨੇ ਉਹ ਵੋਟ ਪਾਉਂਦੇ ਨੇ ਕਿਉਂਕਿ ਉਹਨਾਂ ਦੀ ਵਿਜ਼ਨ ਬਾਈ ਫੋਰ ਉਹ ਹੋਈ ਛੋਟੀ ਆ, ਸ਼ਾਰਟ ਸਾਈਟਡ ਆ। ਜਿਹੜਾ ਨੌਜਵਾਨ ਵਰਗ ਆ ਉਹ ਦੇਖ ਰਿਹਾ ਵੀ ਉਹ ਆਮ ਆਦਮੀ ਪਾਰਟੀ ਨਾਲ ਤੁਸੀਂ ਦੇਖਿਓ ਜੁੜਿਆ ਹੋਇਆ ਸੋਸ਼ਲ ਮੀਡੀਆ ਰਾਹੀਂ ਜਾਂ ਕਿਸ ਤਰ੍ਹਾਂ ਨਾ, ਵੀ ਉਹਦੇ 'ਚੋਂ ਇਹ ਹੁਣ ਚੰਕ ਆ ਰਿਹਾ, ਇਹ ਡਿਵਾਈਡ ਹੋ ਰਹੀ ਆ ਪੰਜਾਬ 'ਚ ਨਾ, ਵੀ ਜਿਹੜੇ ਯੰਗਸਟਰ ਨੇ ਹੁਣ ਯੰਗਸਟਰ 'ਚੋਂ ਵੀ ਸਾਰਾ ਨਹੀਂ, ਕੁਛ ਜਿਹੜੇ ਪੈਟ ਫੈਮਿਲੀਜ਼ ਆ ਉਹ ਅਕਾਲੀ ਦਲ ਨਾਲ ਹਲੇ ਵੀ ਇਸ ਵੇਲੇ ਦਬੇ ਹੋਏ ਨੇ, ਡਿਫੈਂਸਿਵ ਪਾਰੀ ਖੇਡ ਰਹੇ ਨੇ ਕਿਉਂਕਿ ਥੋੜ੍ਹਾ ਜਿਹਾ ਇਹਨਾਂ ਦਾ ਸੋਸ਼ਲ ਮੀਡੀਆ 'ਤੇ ਜਾਂ ਹੋਰ ਥਾਵਾਂ 'ਤੇ ਓਫੈਂਸਿਵ ਹੋਇਆ। ਇਹ ਓਫੈਂਸ ਆਇਆ ਵੋਟਾਂ ਵਿੱਚ ਬਦਲਦਾ ਜਾਂ ਨਹੀਂ ਬਦਲਦਾ, ਇਹ ਹਲੇ ਮੈਂ ਕੁਛ ਨਹੀਂ ਕਹਿ ਸਕਦਾ, ਜਿਸ ਤਰ੍ਹਾਂ ਹਲੇ ਵੀ ਮੈਨੂੰ ਲੱਗਦਾ ਵੀ ਅਕਾਲੀ ਦਲ ਦਾ ਹੱਥ ਹਲੇ ਵੀ ਭਾਰੀ ਹੈਗਾ ਇਸ 'ਤੇ। ਅਤੇ ਇਸ ਦੇ ਨਾਲ ਨਾਲ ਆਪਾਂ ਗੱਲਬਾਤ ਕਰੀਏ ਕਿ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੇ ਉਹ ਬਾਹਰੋਂ ਇੱਕ ਜਿੱਦਾਂ ਲੀਡਰ ਲਿਆ ਕੇ ਉੱਥੇ ਰੱਖਦਾ, ਕੀ ਤੁਸੀਂ ਸੋਚਦੇ ਹੋ ਕਿ ਸਿੱਖ ਚਿਹਰਾ ਉਹਨਾਂ ਨੂੰ ਅੱਗੇ ਕਰਨਾ ਪੈਣਾ ਹੈ ਜੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੀ ਇਹਦੀ ਕੋਈ ਇੰਪੋਰਟੈਂਸ ਹੈਗੀ ਹੈ? ਨਹੀਂ, ਸਿੱਖ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਤਾਂ ਕਹਿੰਦੇ ਵੀ ਸਿੱਖ ਹੀ ਹੋਊਗਾ। ਅੱਛਾ ਜੀ, ਇਟ ਇਜ਼ ਨੋਟ ਗੋਇੰਗ ਟੂ ਬੀ ਕੇਜਰੀਵਾਲ, ਹੈ ਨਾ, ਵੀ ਕੇਜਰੀਵਾਲ ਉੱਥੇ ਨਹੀਂ ਆ ਰਿਹਾ, ਵੀ ਉਹ ਇੱਕ ਹੁੰਦਾ ਪਾਰਟੀ ਦਾ ਇੱਕ ਜਿਸ ਤਰ੍ਹਾਂ ਢਾਂਚਾ ਹੁੰਦਾ ਜਾਂ
ਇਸੇ ਤਰ੍ਹਾਂ ਅਕਾਲੀ ਦਲ 'ਚ ਵੀ ਤੁਸੀਂ ਦੇਖੋ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਹੋਏ ਨੇ। ਹਾਲਾਂਕਿ ਅਕਾਲੀ ਦਲ ਵਿੱਚ ਹੀ ਬਹੁਤ ਸਾਰੇ ਇਹੋ ਜਿਹੇ ਯੋਗ ਲੀਡਰ ਸੀਗੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਨੂੰ ਸੰਭਾਲ ਸਕਦੇ ਸੀ, ਹੈ ਨਾ, ਪਰ ਨਹੀਂ, ਕਿਉਂਕਿ ਵੀ ਉਹ ਇੱਕ ਪਰਿਵਾਰਕ ਜਾਂ ਆਪਣਾ ਨਿੱਜ ਹੈਗਾ ਜਿਹੜਾ ਜਿਹੜਾ ਸੈਂਟਰਲਾਈਜੇਸ਼ਨ ਆਫ ਪਾਵਰ ਆ ਉਹ ਤਾਂ ਸਾਰੀਆਂ ਪਾਰਟੀਆਂ 'ਚ ਚੱਲਦਾ। ਉਹਦੇ 'ਚੋਂ ਹੁਣ ਜੇ ਤੁਸੀਂ ਅਰਵਿੰਦ ਕੇਜਰੀਵਾਲ ਦਾ ਵੀ ਕ੍ਰਾਈਸਿਸ ਦੇਖ ਰਹੇ ਹੋ, ਜਿਸ ਤਰ੍ਹਾਂ ਦੇ ਹਮਲੇ ਉਹਦੇ 'ਤੇ ਹੋਏ ਨੇ, ਜਾਂ ਜਿਹੜਾ ਜੋਗਿੰਦਰ ਯਾਦਵ ਉਹਨਾਂ ਦਾ ਹਮਲਾ ਸੀ ਜਾਂ ਹੋਰ ਕਾਫੀ ਹਮਲੇ ਸੀਗੇ, ਉਹਦੇ 'ਚੋਂ ਸਾਰਾ ਖਿੰਡ ਖੁੰਡ ਜਾਣਾ ਸੀ। ਹੁਣ ਜਿਹੜਾ ਲੀਡਰ ਨੇ ਇੰਨਾ ਕੁਛ ਕਰਕੇ ਆਪਣਾ ਸਾਰਾ ਬਣਾਇਆ ਉਹਦਾ ਆਪਣੇ ਨਿੱਜੀ ਹਿੱਤ ਕਿਤੇ ਨਾ ਕਿਤੇ ਤਾਂ ਪਏ ਹੁੰਦੇ ਆ ਨਾ। ਜੇ ਤੁਸੀਂ ਕਹੀਏ ਵੀ ਭਗਤੀ ਹੋਵੇ, ਉਹ ਸਾਧ ਸੰਤੀ ਹੋਵੇ, ਉਹ ਸਾਧ ਸੰਤ ਤਾਂ ਹੈ ਨਹੀਂ, ਪੋਲੀਟੀਕਲ ਲੀਡਰ ਆ, ਪਰ ਪੋਲੀਟੀਕਲ ਲੀਡਰ ਅੰਬੀਸ਼ੀਅਸ ਵੀ ਹੁੰਦਾ, ਅੰਬੀਸ਼ਨ ਉਹਦੇ ਵਿੱਚ ਹੈਗੀਆਂ ਨੇ। ਅਤੇ ਫਿਰ ਉਹ ਆ ਵੀ ਪਾਰਟੀ 'ਤੇ ਹੁਣ ਜਦੋਂ ਮੈਂ ਇੰਨਾ ਕੁਛ ਕਰਿਆ ਇੰਨੀ ਦੇਰ ਤੋਂ ਮੈਂ ਲੜਦਾ ਆ ਰਿਹਾ, ਪਾਰਟੀ ਨੂੰ ਜਿਹੜਾ ਉਹ ਆਪਣੀਆਂ ਲਾਈਨਾਂ 'ਤੇ ਚਲਾਊਗਾ। ਇਹ ਸੈਂਟਰਲਾਈਜੇਸ਼ਨ ਤਾਂ ਡੈਮੋਕ੍ਰੇਸੀ ਦਾ ਇੱਕ ਹਿੱਸਾ ਬਣ ਗਈ ਹੋਈ ਆ, ਵੀ ਇਹ ਤਾਂ ਹਰੇਕ ਨੂੰ ਮੰਨਣੀ ਪਊਗੀ। ਪਰ ਪੰਜਾਬ 'ਚ ਜਿਸ ਤਰ੍ਹਾਂ ਵੀ ਉਹ ਕਿਹੜਾ ਬੰਦਾ ਲੈ ਕੇ ਆਉਂਦੇ ਨੇ, ਜਾਂ ਉਹ ਵਾਰ ਵਾਰ ਕਹਿ ਰਹੇ ਨੇ ਵੀ ਸਿੱਖ ਬੰਦਾ ਹੀ ਹੋਊਗਾ, ਅਤੇ ਹੁਣ ਕਿਹੜਾ ਹੋਊਗਾ ਉਹ ਤਾਂ ਫਿਰ ਸਮਾਂ ਹੀ ਦੱਸੂਗਾ ਵੀ ਕਿਸ ਕਿਸਮ ਦੇ ਬੰਦੇ ਉਹ ਸਾਹਮਣੇ ਆਉਂਦੇ ਨੇ। ਤੁਸੀਂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ, ਜੇ ਇੱਥੇ ਆਪਾਂ ਇੱਕ ਹੋਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨੂੰ ਜੇ ਆਪਾਂ ਪਿੱਛੇ ਛੱਡਦੇ ਹਾਂ ਤਾਂ ਉਹ ਗੱਲ ਸਹੀ ਨਹੀਂ ਹੋਏਗੀ। ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਇੱਕ ਬਾਹਰੋਂ ਆਈ ਹੋਈ ਪਾਰਟੀ ਉਹ ਆਪਣਾ ਉੱਥੇ ਆਧਾਰ ਬਣ ਰਹੀ ਹੈ, ਅਤੇ ਇੱਕ ਜਿਹੜੀ ਪੰਜਾਬ ਦੀ ਹੀ ਪਾਰਟੀ ਉਹ ਉੱਥੇ ਆਪਣਾ ਇੰਨਾ ਆਧਾਰ ਸਥਾਪਿਤ ਨਹੀਂ ਕਰ ਸਕੀ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਤੁਹਾਡੇ ਕੀ ਪ੍ਰੋਜੈਕਸ਼ਨਸ ਹੈ? ਜਿਹੜੀਆਂ ਖੜਕੂ ਲਹਿਰ ਨਾਲ ਸੰਬੰਧਿਤ ਰਾਜਨੀਤਿਕ ਧਿਰਾਂ ਨੇ ਨਾ, ਹਾਂਜੀ, ਉਹਨਾਂ ਦਾ ਇੱਕ ਵੱਡਾ ਕ੍ਰਾਈਸਿਸ ਹੈ ਇਸ ਵੇਲੇ। ਇਸ ਵੇਲੇ ਨਹੀਂ, ਸਾਰੇ ਸਮੁੱਚੇ ਉਹਦੇ 'ਚੋਂ ਹੀ ਰਿਹਾ, ਪੰਜਾਬ ਵਿੱਚ ਵੀ ਅਤੇ ਪੰਜਾਬ ਤੋਂ ਬਾਹਰ ਵੀ, ਈਵਨ ਹਿੰਦੁਸਤਾਨ ਤੋਂ ਬਾਹਰ ਵੀ ਜਿੰਨੀਆਂ ਵੀ ਖਾਲਿਸਤਾਨੀ ਧਿਰਾਂ ਨੇ, ਹਾਂਜੀ, ਉਹ ਹੈਗਾ ਵੀ ਉਹ ਇੱਕ ਜਿਹੜੀਆਂ ਲਹਿਰ ਨਾਲ ਸੰਬੰਧਿਤ ਦੁਸ਼ਮਣੀਆਂ ਕੜੱਤਣਾ ਅਤੇ ਇੱਕ ਇੱਕ ਤਰ੍ਹਾਂ ਨਾਲ ਬਹੁਤ ਹੀ ਘਟੀਆ ਕਿਸਮ ਦੀ ਜਿਹੜੀ ਰਾਜਨੀਤਿਕ ਸੋਚ ਸੀ, ਇੱਕ ਖਾਸ ਕਿਸਮ ਦੇ ਵਰਗ ਵਿੱਚ ਪੈਦਾ ਹੋਈ, ਜਿਹੜੀ ਲਹਿਰ ਸੀ ਉਹਦੀ ਪਵਿੱਤਰਤਾ ਤੋਂ ਦੂਰ ਸੀ, ਜਿਹੜੇ ਖਾੜਕੂ ਲਹਿਰ ਦੀ ਪਵਿੱਤਰਤਾ ਤੋਂ ਬੰਦੇ ਦੂਰ ਰਹੇ ਨੇ, ਮਤਲਬ ਕਿ ਉਹਨਾਂ ਨੇ ਇੱਕ ਇਸ ਕਿਸਮ ਦਾ ਢਾਂਚਾ ਸਿਰਜਣਾ ਹੋਇਆ ਵੀ ਉਹ ਹੁਣ ਉਹਦੇ 'ਚੋਂ ਉਹ ਸਵਾਦ ਲੈ ਰਹੇ ਨੇ, ਵੀ ਉਹ ਵਿਜ਼ਨ ਜਾਂ ਉਸ ਲਹਿਰ ਦੀਆਂ ਜਿਹੜੀਆਂ ਪ੍ਰੋਪੇਗੇਸ਼ਨ ਲਈ ਜਿਸ ਕਿਸਮ ਦਾ ਇੱਕ ਆਈਡੀਆਲਿਸਟਿਕ ਜਾਂ ਆਈਡੀਆਲੋਜੀਕਲ ਆਸਪੈਕਟ ਚਾਹੀਦੇ ਸੀਗੇ ਉਹ ਉਹਨਾਂ ਵਿੱਚ ਨਹੀਂ ਹੈਗੇ। ਇਸ ਕਰਕੇ ਉਹ ਨਿੱਜੀ ਤੌਰ 'ਤੇ ਇੰਨੇ ਮਤਲਬ ਕਿ ਥੱਲੇ ਡਿੱਗੇ ਨੇ ਲੋਕ ਵੀ ਉਹਦੇ 'ਚੋਂ ਹੁਣ ਉਹ ਪ੍ਰਵਾਨਯੋਗ ਨਹੀਂ ਰਹੇ। ਉਸ ਲਈ ਵਿਜ਼ਨਰੀ ਲੀਡਰਸ਼ਿਪ ਦੀ ਲੋੜ ਚਾਹੀਦੀ ਹੈ। ਖਾੜਕੂ ਲਹਿਰ ਦੇ ਜਿਹੜੇ ਨਾਲ ਜੁੜੀਆਂ ਹੋਈਆਂ ਧਿਰਾਂ ਨੇ ਪੰਜਾਬ ਵਿੱਚ ਵੀ ਅਤੇ ਪੰਜਾਬ ਤੋਂ ਬਾਹਰ ਵੀ, ਉਹਨਾਂ ਨੂੰ ਸਾਰਾ ਇਹ ਲੀਡਰਸ਼ਿਪ ਦਾ ਸਾਰਾ ਇਹ ਪੂਰਾ ਜਿਹੜਾ ਇਹ ਬਿਲਕੁਲ ਪਾਸੇ ਕਰਨਾ ਪੈਣਾ। ਜਦੋਂ ਤੱਕ ਇਹਨੂੰ ਪਾਸੇ ਨਹੀਂ ਕਰਦੇ, ਇਹਨੂੰ ਪਾਸੇ ਕਰੇ ਤੋਂ ਬਿਨਾਂ ਉਹਨਾਂ ਦੀ ਕੋਈ ਵੀ ਸੰਭਾਵਨਾ ਪੰਜਾਬ ਵਿੱਚ ਨਹੀਂ ਹੈਗੀ। ਜਿਹੜੇ ਲਹਿਰ 'ਚੋਂ ਬੰਦੇ ਆਏ ਨੇ ਉਹਨਾਂ ਉਹ ਮਤਲਬ ਕਿ ਆਪਣੀਆਂ ਪੁਰਾਣੀਆਂ ਨਿੱਜੀ ਕਿੜਾਂ ਅਤੇ ਕੂਹਣੀਆਂ ਮਾਰਨ ਦੀ, ਬੱਖੀਆਂ ਭੰਨਣ ਦੀ ਆ, ਇਸ ਕਿਸਮ ਦੀ ਉਸ ਕਿਸਮ ਦੀ ਰਾਜਨੀਤੀ ਵਿੱਚ ਉਲਝੇ ਹੋਏ ਨੇ। ਜਦੋਂ ਤੱਕ ਉਹ ਉਹਦੇ ਵਿੱਚ ਉਲਝੇ ਰਹਿਣਗੇ, ਉਹ ਕਿਉਂਕਿ ਉਲਝੇ ਹੀ ਰਹਿਣਗੇ, ਤੁਸੀਂ ਬਾਹਰ ਵੀ ਦੇਖ ਰਹੇ ਹੋ ਅਤੇ ਅੰਦਰ ਵੀ ਦੇਖ ਰਹੇ ਹੋ, ਉੱਥੇ ਵੀ ਪੰਜਾਬ 'ਚ ਵੀ ਉਹਨਾਂ ਦਾ ਮਤਲਬ ਕਿ ਇਸ ਕਿਸਮ ਦਾ ਕੋਈ ਭਵਿੱਖ ਨਹੀਂ, ਉਹ ਪ੍ਰਵਾਨਯੋਗ ਨੇ। ਇਹ ਨਹੀਂ ਹੈ ਵੀ ਮਤਲਬ ਕਿ ਉਹ ਵਿਜ਼ਨਰੀ ਬੰਦੇ ਹੈ ਨਹੀਂ, ਪੰਜਾਬ ਵਿੱਚ ਵਿਜ਼ਨਰੀ ਬੰਦੇ ਹੈਗੇ ਆ ਜਿਹੜੇ ਇਸ ਧਿਰ ਦੇ ਵੀ ਨੇ, ਪੰਥਕ ਧਿਰ ਦੇ ਬੰਦੇ ਵੀ ਨੇ, ਵਿਜ਼ਨਰੀ ਹੈਗੇ ਨੇ, ਪਰ ਉਹ ਇਸ ਕਿਸਮ ਦੇ ਘਟੀਆ ਕਲਚਰ 'ਚ ਨਹੀਂ ਅੱਗੇ ਆ ਸਕਦੇ, ਉਹਨਾਂ ਦਾ ਟੈਂਪਰਾਮੈਂਟ ਹੀ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ, ਇਸ ਲਈ ਉਹ ਫਿਰ ਪਾਸੇ ਬੈਠ ਕੇ ਹੋਏ ਨੇ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਜਿਹੜੀ ਮਿਸਲ ਵੰਡ ਹੈ ਉਹ ਅੱਜ ਦੇ ਟਾਈਮ 'ਤੇ ਸਿੱਖਾਂ ਨੂੰ ਮਾਰ ਰਹੀ ਹੈ। ਹਾਂਜੀ, ਹੁਣ ਜ਼ਿਆਦਾ ਆ ਜਿਸ ਤਰ੍ਹਾਂ, ਉਹ ਬਹੁਤ ਕਰੂਅਲ ਕਿਸਮ ਦੀ ਮਿਸਲ ਵੰਡ ਹੈ ਵੀ ਉਹਦੇ 'ਚੋਂ ਨਿੱਜ ਆ ਜਿਹੜਾ ਖਾੜਕੂ ਲਹਿਰ ਵਿੱਚ ਮਤਲਬ ਕਿ ਨਿੱਜ ਨਹੀਂ ਸੀਗਾ। ਹਾਂਜੀ, ਉਹ ਨਿੱਜ ਨਹੀਂ ਸੀ, ਉਹ ਸਾਰਾ ਕੁਛ ਪੰਥ ਲਈ ਸੀ, ਜਿੰਨੇ ਵੀ ਲੀਡਰਸ਼ਿਪ ਦਾ ਜਾਂ ਜਿਸ ਕਿਸਮ ਦੀਆਂ ਵੀ ਉਹਦੇ 'ਚੋਂ ਆਏ ਨੇ ਯੋਧੇ ਆਏ ਵੀ ਉਹ ਇਸ ਕਿਸਮ ਦੇ ਸੀਗੇ ਵੀ ਪੰਥ ਵਸੇ ਮੈਂ ਉੱਜੜਾਂ। ਬਿਲਕੁਲ, ਹੁਣ ਉਲਟਾ ਹੋਇਆ ਹੋਇਆ ਕੰਮ, ਮਤਲਬ ਕਿ ਜਦੋਂ ਤੱਕ ਉਹ ਡਾਈਵਰਟ ਨਹੀਂ ਹੁੰਦਾ, ਹੁਣ ਇਹ ਆ ਵੀ ਮੈਂ ਵਸੇ ਪੰਥ ਉੱਜੜੇ ਮੈਂ ਵਸਾਂ, ਜਿਸ ਤਰ੍ਹਾਂ ਜਦੋਂ ਤੱਕ ਉਹ ਸਾਰੀ ਜਿਹੜੀ ਖਾੜਕੂ ਲਹਿਰ ਨਾਲ ਸੰਬੰਧਿਤ ਜਿੰਨੀ ਵੀ ਲੀਡਰਸ਼ਿਪ ਆ, ਚਾਹੇ ਵਿਦੇਸ਼ਾਂ ਵਿੱਚ ਹੈ ਚਾਹੇ ਮਤਲਬ ਕਿ ਦੇਸ਼ ਵਿੱਚ ਹੈ, ਜਦੋਂ ਤੱਕ ਉਹ ਰਿਵਰਸ ਨਹੀਂ ਕਰਦੇ ਉਹਦੇ 'ਚ, ਉਹ ਸਪਿਰਚੁਅਲਿਟੀ ਤੋਂ ਦੂਰ ਹੋਏ ਹੋਏ ਨੇ, ਕਿਸੇ ਵਿੱਚ ਵੀ ਰੂਹਾਨੀਅਤ ਦਾ ਜਿਹੜਾ ਉਹ ਸੰਕਲਪ ਹੈ ਉਹ ਖਤਮ ਹੋਇਆ ਹੋਇਆ, ਅਤੇ ਸਿੱਖ ਲਹਿਰ ਖੜੀ ਉਹ ਰੂਹਾਨੀਅਤ 'ਤੇ ਆ। ਜਦੋਂ ਤੱਕ ਧਰਮ ਤੁਹਾਡੀ ਸ਼ਖਸੀਅਤ 'ਚੋਂ ਨਹੀਂ ਉੱਭਰਦਾ, ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਆ, ਗੁਰਬਾਣੀ ਤੁਹਾਡੇ ਰੋਮ ਰੋਮ 'ਚ ਨਹੀਂ ਵੱਸਦੀ, ਮਤਲਬ ਕਿ ਤੁਹਾਡਾ ਨਿੱਜ ਆ ਜਿਹੜੀ ਨਿੱਜੀ ਈਗੋ ਆ ਖਤਮ ਨਹੀਂ ਹੁੰਦੀ, ਜਿਹੜੇ ਗੁਰਬਾਣੀ ਦਾ ਸਾਰਾ ਸੰਦੇਸ਼ ਹੀ ਤੁਹਾਡੇ ਨਿੱਜ ਨੂੰ, ਹਉਮੈ ਨੂੰ, ਹੈ ਨਾ, ਗੁਰੂ ਸਾਹਿਬ ਕਹਿੰਦੇ ਵੀ ਹਉਮੈ ਦੀਰਘ ਰੋਗ ਹੈ ਦਾਰੂ ਬੇਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ, ਵੀ ਜਦੋਂ ਤੱਕ ਗੁਰੂ ਦੇ ਸ਼ਬਦ ਨੂੰ ਨਹੀਂ ਕਮਾਉਂਦੇ ਈਗੋ ਖਤਮ ਨਹੀਂ ਹੁੰਦੀ, ਜਦੋਂ ਤੱਕ ਈਗੋ ਖਤਮ ਨਹੀਂ ਹੋਏਗੀ ਅਤੇ ਕੋਈ ਵੀ ਪ੍ਰਾਪਤੀ ਨਹੀਂ ਹੋਏਗੀ। ਇਹ ਸਾਰੀ ਖਾੜਕੂ ਲਹਿਰ ਨਾਲ ਸੰਬੰਧਿਤ ਜਿਹੜੀ ਲੀਡਰਸ਼ਿਪ ਹੈ ਉਹਦਾ ਸੰਕਟ ਹੈ, ਔਰ ਸੰਕਟ ਲਗਾਤਾਰ ਰਹੇਗਾ ਜਦੋਂ ਤੱਕ ਈਗੋ ਖਤਮ ਨਹੀਂ ਹੁੰਦੀ। ਅਤੇ ਜੇ ਆਪਾਂ ਕਹੀਏ ਕਿਸ ਕਿਸਮ ਦੀ ਲੀਡਰਸ਼ਿਪ ਦੀ ਪੰਜਾਬ ਨੂੰ ਅੱਜ ਲੋੜ ਹੈਗੀ ਹੈ ਕਿ ਜੇ ਪੰਜਾਬ ਨੂੰ ਆਪਾਂ ਇਸ ਸੰਕਟ ਦੇ ਵਿੱਚੋਂ ਕੱਢਣਾ ਚਾਹੁੰਦੇ ਹਾਂ? ਜਿਹੜੀ ਆਪਾਂ ਹੁਣ ਗੱਲ ਕਰਕੇ ਹਟੇ ਹਾਂ ਵੀ ਜਿਹੜੀ ਗੁਰਬਾਣੀ
ਜਿਹੜੀ ਪੂਰੀ ਤਰ੍ਹਾਂ ਪਵਿੱਤਰ ਹੋਵੇ ਔਰ ਜਿਹੜੀ ਆਪਣੇ ਸਿੱਖ ਲਹਿਰ ਦੀਆਂ ਜਿਹੜੇ ਆਦਰਸ਼ ਨੇ ਉਹਨਾਂ ਨਾਲ ਪ੍ਰਣਾਈ ਹੋਵੇ, ਰੋਮ ਰੋਮ ਉਹਨਾਂ ਦਾ ਪ੍ਰਣਾਇਆ ਹੋਵੇ ਸਿੱਖ ਲਹਿਰ ਦੇ ਆਦਰਸ਼ਾਂ ਨਾਲ, ਇਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਆ। ਉਹ ਮਤਲਬ ਕਿ ਉਹਦੇ 'ਚ ਨਿੱਜੀ ਹਉਮੈ ਤਾਂ ਬਿਲਕੁਲ ਹੀ ਨਹੀਂ, ਬਹੁਤ ਹੀ ਜਿਸ ਤਰ੍ਹਾਂ ਪੰਜ ਪਿਆਰਿਆਂ ਦਾ ਸੰਕਲਪ ਰਿਹਾ ਵੀ ਸਾਰਾ ਕੁਛ ਵੀ ਗੁਰੂ ਨੂੰ ਅਰਪਿਤ ਆ, ਸਾਰਾ ਕੁਛ, ਹਰ ਸਰਗਰਮੀ, ਹਰ ਕਦਮ ਤੁਹਾਡਾ, ਹਰ ਸਾਹ ਜਦੋਂ ਗੁਰੂ ਨੂੰ ਅਰਪਿਤ ਹੋਊਗਾ। ਉਹ ਪੰਜਾਬ ਦੀ ਲੀਡਰਸ਼ਿਪ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਪੰਜਾਬ ਨੂੰ ਸਾਰੇ ਸੰਕਟਾਂ 'ਚੋਂ ਕੱਢ ਸਕਦੀ ਆ। ਈਵਨ ਆਹ ਖੇਤੀ ਦਾ ਸੰਕਟ, ਆਰਥਿਕ ਸੰਕਟ, ਪਰ ਗੱਲ ਆ ਵੀ ਵਿਜ਼ਨ ਹੋਵੇ, ਉਹ ਲਹਿਰ ਨਾਲ ਤੁਹਾਡੀ ਜਿਹੜੀ ਜਾਂ ਸਿੱਖ ਲਹਿਰ ਨਾਲ ਜਾਂ ਗੁਰੂ ਸਾਹਿਬ ਦੇ ਜਿਹੜਾ ਸੰਦੇਸ਼ ਆ ਉਹਦੀ ਵਿਚਾਰਧਾਰਾ ਉਹ ਤੁਹਾਡੇ ਰੋਮ ਰੋਮ ਵਿੱਚ ਪ੍ਰਣਾਈ ਹੋਵੇ, ਉਹ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ। ਹੋਰ 50 ਸਾਲ ਸਰਗਰਮੀ ਕਰੀ ਜਾਓ, ਇੱਥੇ ਹੀ ਖੜ੍ਹੇ ਰਹੋਗੇ, ਇਹ ਤੋਂ ਅੱਗੇ ਨਹੀਂ ਵਧੋਗੇ। ਬਿਲਕੁਲ ਜੀ, ਅਤੇ ਅਸੀਂ ਧੰਨਵਾਦ ਕਰਦੇ ਹਾਂ ਅਵਤਾਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਕਿ ਪੰਜਾਬ ਦੇ ਅਜੋਕੇ ਹਾਲਾਤ ਦੇ ਉੱਤੇ ਜਿਹੜਾ ਇੱਕ ਸਾਰਾ ਸਾਡੇ ਸਾਹਮਣੇ ਇੱਕ ਡਾਇਗਰਾਮ ਜਿਹਾ ਪੂਰਾ ਖਿੱਚ ਕੇ ਰੱਖ ਦਿੱਤਾ ਕਿ ਸਿਚੁਏਸ਼ਨ ਹੈਗੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਹੋ ਸਕਦਾ ਹੈ ਅਤੇ ਕਿਸ ਤਰ੍ਹਾਂ ਦੀ ਸਾਨੂੰ ਲੀਡਰਸ਼ਿਪ ਦੀ ਲੋੜ ਹੈ। ਅਤੇ ਜੇ ਆਪਾਂ ਕਹੀਏ ਕਿ ਇਸੇ ਤਰੀਕੇ ਨਾਲ ਹੀ ਜੇ ਚੱਲਦਾ ਰਿਹਾ ਤਾਂ ਪੰਜਾਬ ਦਾ ਜਿਹੜਾ ਪੰਜਾਬ ਦੀ ਹਿਸਟਰੀ ਹੋਏਗੀ ਉਹਦੇ 'ਚ ਇਹ ਗੱਲ ਜ਼ਰੂਰ ਲਿਖੀ ਜਾਏ ਕਿ ਪੰਜਾਬ ਦੇ ਜਾਇਆਂ ਨੇ ਹੀ ਪੰਜਾਬ ਦੀ ਮਿੱਟੀ ਦੇ ਨਾਲ ਜਿਹੜੀ ਅਕ੍ਰਿਤਕਣਤਾ ਕੀਤੀ ਹੈ ਅਤੇ ਪੰਜਾਬ ਦੀ ਮਿੱਟੀ ਨੂੰ ਜਾਂ ਪੰਜਾਬ ਦੀ ਬੋਲੀ ਨੂੰ ਜਾਂ ਪੰਜਾਬ ਦੇ ਕਲਚਰ ਨੂੰ ਨਹੀਂ ਸੰਭਾਲ ਕੇ ਰੱਖਿਆ। ਅਤੇ ਇਹ ਸਾਰੇ ਪ੍ਰੋਗਰਾਮ ਦਾ ਸਾਡਾ ਮੋਟਿਵ ਇਹੀ ਹੈ ਕਿ ਤੁਹਾਡੇ ਸਾਹਮਣੇ ਹਰੇਕ ਚੀਜ਼ ਤੁਹਾਡੇ ਸਾਹਮਣੇ ਰੱਖੀ ਜਾਵੇ। ਬਾਕੀ ਜਿਹੜੀ ਗੱਲਬਾਤ ਹੈਗੀ ਹੈ 2017 ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਨੇ ਉਹ ਤੁਸੀਂ ਆਪਣੇ ਆਪ ਹੀ ਆਪਣੀ ਸੂਝਬੂਝ ਦੇ ਨਾਲ, ਆਪਣੀ ਜਾਣਕਾਰੀ ਦੇ ਨਾਲ ਤੁਸੀਂ ਉਸ ਦੇ ਵਿੱਚ ਜਿਹੜਾ ਸ਼ਮੂਲੀਅਤ ਕਰਨੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਤੇ ਤੁਸੀਂ ਇਸੇ ਤਰੀਕੇ ਦੇ ਨਾਲ ਦੇਖਦੇ ਰਹਿਣਾ ਅਕਾਲ ਚੈਨਲ ਸਕਾਈ 843 ਅਤੇ ਅਖੀਰ 'ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।